ਜਿਹੜੇ ਬੱਚੇ ਸ਼ਾਇਦ ਸੋਚ ਹੀ ਨਹੀਂ ਸਕਦੇ ਸੀ ਆਪਣੀ ਮਾੜੀ ਆਰਥਿਕਤਾ ਦੀ ਵਜ੍ਹਾ ਕਰਕੇ ਕਿ ਅਸੀਂ ਵੀ ਕਦੀ ਇਹਦੀ ਤਿਆਰੀ ਕਰ ਸਕਦੇ ਹਾਂ ਜਦੋਂ ਫੀਸ ਹੀ ਲੱਖਾਂ ਲੱਖਾਂ ਦੇ ਵਿੱਚ ਹੋਵੇ। ਅੱਜ ਜੀ ਪੀ ਸਰ ਦੇ ਘੱਟੋ ਘੱਟ 10 ਬੱਚੇ ਜਿਹੜੇ ਆ ਉਹ ਜੱਜ ਦੀ ਕੁਰਸੀ ਦੇ ਉੱਤੇ ਜਾ ਬੈਠੇ ਆ। ਬੱਚਿਆਂ ਨੇ ਆਪਦੀ ਜਰਨੀ ਹੁੰਦੀ ਨੇ, ਬੱਚੇ ਬਹੁਤ ਮਿਹਨਤੀ ਨੇ ਜੀ, ਬੱਚੇ ਮਿਹਨਤ ਕਰ ਰਹੇ ਸੀ ਅਤੇ ਉਹ ਤੁਹਾਨੂੰ ਨਾ ਕੁਦਰਤ ਨੇ ਕਹਿਣਾ ਹੁੰਦਾ ਵੀ ਇਹ ਤਿਹਦੇ ਕਰਕੇ ਹੋਇਆ, ਇਹ ਮੇਰੇ ਕਰਕੇ ਤਾਂ ਬਹੁਤਾ ਨਹੀਂ ਹੋਇਆ, ਬਸ ਮੈਂ ਇੰਨਾ ਕੁ ਹੈਗਾ ਵੀ ਇਹ ਬਹੁਤ ਮਿਹਨਤ ਕਰੀ ਜਾਂਦੇ ਸੀ ਅਤੇ ਮੈਂ ਇਹਨਾਂ ਨੂੰ ਮਾੜਾ ਜਿਹਾ ਥਾਪੜਾ ਦੇ ਦਿੱਤਾ ਸੀ ਵੀ ਚੱਲ ਤੁਸੀਂ ਕਦ ਲੱਗੇ ਰਹੋ ਪੁੱਤਰੋ। ਤੁਸੀਂ ਕਿਉਂ ਅਲੱਗ ਰਸਤਾ ਚੁਣਿਆ ਅਤੇ ਕਿੱਥੋਂ ਸ਼ੁਰੂਆਤ ਹੋਈ ਤੁਹਾਡੇ ਕੋਲ, ਪਹਿਲਾ ਬੱਚਾ ਕਿਹੜਾ ਆਇਆ ਅਤੇ ਉਸ ਤੋਂ ਬਾਅਦ ਐਡੀ ਵੱਡੀ ਲਾਈਨ ਲੱਗ? ਜਦੋਂ ਮੈਂ ਉਹਨਾਂ ਨੂੰ ਪੜ੍ਹਾਉਣ ਲੱਗਿਆ ਨਾ ਤੇ ਦੋ ਮੈਨੂੰ ਲੱਗਾ ਵੀ 4-5 ਘੰਟੇ ਰਾਤ ਨੂੰ ਮੈਨੂੰ ਪੜ੍ਹਨਾ ਪੈਂਦਾ, ਮੈਂ ਟੀਚਰ ਤਾਂ ਹੈ ਨਹੀਂ ਸੀ ਨਾ, ਮੇਰੇ ਕੋਲ ਹੈਗੀ ਸੀ ਚਿਣਗਾਰੀ ਟੀਚਰ ਵਾਲੀ ਪਰ ਊਂ ਨਹੀਂ ਸੀ ਨਾ, ਮੈਨੂੰ 4-5 ਘੰਟੇ ਪੜ੍ਹਿਆ ਕਰਾਂ, ਸਵੇਰੇ ਉਹਨੂੰ ਪੜ੍ਹਾਉਣ ਲੱਗਾ ਉਹ ਘੰਟੇ 'ਚ ਮੇਰੀ ਪੜ੍ਹਾਈ ਤਾਂ ਮੁੱਕ ਜਾ ਕਰੇ ਜਿੰਨੀ ਕੁ ਮੈਂ ਪੜ੍ਹੀ ਸੀ। ਬਸ ਫਿਰ ਉਹ ਜਦੋਂ ਦੋ ਮੈਨੂੰ ਪਤਾ ਲੱਗਾ ਨਾ ਤਾਂ ਮੈਂ ਕਿਹਾ ਯਾਰ ਗਰੀਬ ਘਰ ਤਾਂ ਹੋਰ ਵੀ ਬਹੁਤ ਨੇ ਜਿਹੜੇ ਬੱਚਿਆਂ ਨੇ ਪੜ੍ਹ ਲਿਆ, ਇਹਨਾਂ ਦੇ ਘਰ ਪਹਿਲੀ ਮਾਝੀ ਵੇਚਣ ਨੂੰ, ਇਹ ਤਾਂ ਚੰਡੀਗੜ੍ਹ ਦਾ ਮੂੰਹ ਵੀ ਨਹੀਂ ਵੇਖ ਸਕਦੇ, ਕੋਚਿੰਗ ਤਾਂ ਦੂਰ ਰਹਿ ਗਈ। ਮੈਂ ਕਿਹਾ ਫਿਰ 6-6 ਹਜ਼ਾਰ ਨੂੰ ਇੱਕ ਮੈਸੇਜ ਕਰ ਦਿਓ ਯਾਰ ਵੀ ਜੀ ਯੂ ਕਾਂਟ, ਮੈਨੂੰ ਮੈਸੇਜ ਅਜੇ ਵੀ ਯਾਦ ਹੈ, ਮੈਂ ਜੁਲਾਈ ਦੀ 23-24 ਨੂੰ ਕੀਤਾ ਸੀ, 2019 ਦੀ ਗੱਲ ਹੈ। ਮੈਂ ਕਿਹਾ ਮੈਸੇਜ ਕਰਦੇ ਇਫ ਯੂ ਕਾਂਟ ਅਫੋਰਡ ਹੈਫਟੀ ਕੋਚਿੰਗ ਫੀ, ਯੂ ਵਾਂਟ ਟੂ ਸਟੱਡੀ, ਯੂ ਹੈਵ ਐਸਪੀਰੇਸ਼ਨ ਟੂ ਬਿਕਮ ਜੁਡੀਸ਼ੀਅਲ ਅਫੀਸਰ, ਆਈ ਵਿਲ ਗਿਵ ਯੂ ਫਰੀ ਕੋਚਿੰਗ। ਰਮਨ, ਮੈਂ ਜ਼ਿੰਦਗੀ 'ਚ ਬਹੁਤ ਵਾਰੀ ਰੋਇਆ, ਥੋੜ੍ਹਾ ਇਮੋਸ਼ਨਲ। ਸ਼ੁਰੂਆਤ ਦਾ ਪਹਿਲਾ ਜੇਕਰ ਮੈਨੂੰ ਕੋਈ ਦੁੱਖ ਲੱਗਿਆ ਸੀ ਨਾ, ਇਹ ਸੀ ਵੀ ਤੂੰ ਆਸ ਕਿਉਂ ਪੈਦਾ ਕੀਤੀ ਉਹਨਾਂ ਦੀ, ਤੂੰ 50 ਬੰਦਿਆਂ ਨੇ ਮੈਨੂੰ ਫੋਨ ਕੀਤਾ ਵੀ ਅਸੀਂ ਤੇਰੇ ਕੋਲ ਪੜ੍ਹਨਾ ਚਾਹੁੰਦੇ ਹਾਂ, ਸਾਡੇ ਕੋਲ ਪੈਸਾ ਨਹੀਂ, ਅਸੀਂ ਗਰੀਬ ਹੈਗੇ ਹਾਂ, ਪਰ ਤੇਰੇ ਕੋਲ ਤਾਂ ਬਿਠਾਉਣ ਦੀ ਜਗ੍ਹਾ ਵੀ ਆਉਂਦੀ ਸੀ ਤੇਰੇ ਕੋਲ, ਤੂੰ ਵੀ ਤੂੰ ਜਵਾਬਾਂ ਨੂੰ ਪੜ੍ਹਾ ਨਹੀਂ ਸਕਦਾ, ਤੇਰੇ ਕੋਲ ਸੰਸਾਧਨ ਹੀ ਨਹੀਂ ਸੀ ਇਸ ਤਰ੍ਹਾਂ ਇੰਨੇ ਜ਼ਿਆਦਾ ਕਿ ਤੂੰ ਪੜ੍ਹਾ ਸਕੇ। ਕਿੰਨਾ ਵੀ ਵੱਡਾ ਜੱਜ ਬਣ ਜੇ, ਐਡਵੋਕੇਟ ਹੋਵੇ, ਜੱਜ ਹੋਵੇ, ਹੋਮ ਮਿਨਿਸਟਰ ਦੇ ਸਾਹਮਣੇ ਉਹ ਹਮੇਸ਼ਾ ਜੋ ਹੁੰਦਾ ਤੁਹਾਨੂੰ ਵੀ ਪਤਾ, ਹੋਮ ਮਿਨਿਸਟਰ ਸਾਹਿਬ ਤੁਹਾਡੇ ਨਾਲ ਖੁਦ ਇਸ ਸੇਵਾ ਦੇ ਵਿੱਚ ਹੈ, ਇਹ ਸਬੱਬ ਕਦੋਂ ਜੁੜਿਆ? ਉਹ ਕਹਿੰਦੇ ਨੇ ਵੀ 10 ਸਾਲਾਂ ਬਾਅਦ ਤਾਂ ਪਤੀ ਪਤਨੀ ਭੈਣ ਭਰਾ ਅਰਗੇ ਹੋ ਜਾਂਦੇ ਨੇ, ਸਾਰੀ ਚੀਜ਼ ਦਾ ਹੀ ਪਤਾ, ਸਾਰੀ ਚੀਜ਼ ਦਾ ਹੀ ਪਤਾ ਹੁੰਦਾ ਵੀ ਇਹਨੂੰ ਇਹ ਚੰਗੀ ਲੱਗਦੀ ਹੈ, ਮਾੜੀ ਹੈ, ਦਫਾ ਕਰ, ਇਹਨੂੰ ਇਹ ਕਰਨਾ, ਉਹ ਤਾਂ ਹੀ ਤਾਂ ਤੁਰਿਆ ਰਹਿੰਦਾ ਸੀ। ਅੱਜ ਕੱਲ੍ਹ ਮੈਂ ਤਾਂ ਜਾਣਾ ਕੋਰਟ, ਮੈਂ ਤਾਂ ਰੈਗੂਲਰ ਜਾਣਾ ਹੁੰਦਾ, ਮੇਰੇ ਤਾਂ ਕੇਸਿਸ ਲੱਗੇ ਨੇ ਲੋਕਾਂ ਨੇ, ਮੇਰੇ 'ਤੇ ਜਿਹੜਾ ਉਹ ਵਕਾਲਤਨਾਮਾ ਸਾਈਨ ਕਰਕੇ ਦਿੱਤਾ, ਉਹ ਵੀ ਵੱਡੀ ਬੜੀ ਵੱਡੀ ਰਿਸਪੋਂਸੀਬਿਲਟੀ, ਅਸੀਂ ਉਹ ਕਰਨੇ ਹੁੰਦੇ ਨੇ, ਇਹ ਤਾਂ ਮਹੀਨੇ 'ਚ 2 ਵਾਰੀ ਮੁਸ਼ਕਿਲ ਨਾਲ ਜਾਂਦੇ ਨੇ ਉੱਥੇ, ਬਾਕੀ ਟਾਈਮ ਇਹਨਾਂ ਬੱਚਿਆਂ ਵਾਸਤੇ ਹੀ ਨਹੀਂ, ਬੰਦਾ ਘਰੇ ਪਵਾ ਨਹੀਂ ਲਿਆ ਸਕਦਾ, ਘਰੇ ਕਲੇਸ਼ ਹੋ ਜਾਂਦਾ, ਅਤੇ ਤੁਸੀਂ ਇੱਥੇ 50 ਬੱਚੇ ਲਿਆ ਕੇ ਬਿਠਾ ਤੇ ਵੀ ਆਪਾਂ ਇਹਨਾਂ ਨੂੰ ਪੜਾਉਣਾ, ਅਤੇ ਫਿਰ ਜੀਵਨ ਦੇ ਬਿਨਾਂ ਕਿਵੇਂ ਗੁਜ਼ਾਰਾ ਚੱਲੂ। ਇੱਕ ਨਾ ਸਾਡੀ ਕਲਾਸ ਦੀ ਬਹੁਤ ਅੱਛੀ ਖਾਸੀਅਤ ਹੈ, ਹਰ ਬੱਚੇ ਨੂੰ ਹੈਲਪ ਕਰਦਾ ਔਰ ਸਾਰੇ ਖੁਸ਼ ਰਹਿੰਦੇ ਆ, ਕੋਈ ਵੀ ਇਸ ਤਰ੍ਹਾਂ ਨਹੀਂ ਵੀ ਕਿਸੇ ਦਿਨ ਕੋਈ ਬੱਚਾ ਉਦਾਸ ਹੋਵੇ, ਜੋ ਵੀ ਥੋੜ੍ਹਾ ਲੋਅ ਫੀਲ ਕਰਦਾ ਇੱਕ ਦੂਸਰੇ ਨੂੰ ਹਸਾਉਂਦੇ ਰਹਿੰਦੇ, ਜਾਂ ਉਹ ਬੱਚਾ ਗੁਰਿੰਦਰ ਕੋਲ ਆ ਜਾਏਗਾ ਬਈ ਸਰ ਅੱਜ ਮੈਂ ਤਾਂ ਗੁਰਿੰਦਰ ਤੇ ਹਮੇਸ਼ਾ ਮਿੱਠੀ ਗੋਲੀਆਂ ਹੀ ਦਿੰਦੇ ਆ ਸਾਰਿਆਂ ਨੂੰ। ਬੈਕਗਰਾਉਂਡ 'ਚੋਂ ਇੰਨੇ ਮਤਲਬ ਪੂਅਰ ਸਟ੍ਰੈਟਾ ਆਫ ਸੁਸਾਇਟੀ ਦੇ ਲੋਕ ਸੀਗੇ ਕਿ ਮਤਲਬ ਭਾਂਡੇ ਲੋਕਾਂ ਦੇ ਘਰੇ ਮਾਂਜਣ ਜਾਣਾ, ਉਹ ਸਿਰ 'ਤੇ ਪੱਗ ਪੰਡ ਬੰਨੀ ਹੋਣੀ, ਕੰਨਾਂ ਦੇ ਵਿੱਚ ਉਹ ਕੀ ਬੋਲਦੇ ਨੇ ਜਿਹੜੇ ਈਅਰਬੀਡ ਹੈਡਫੋਨ ਜੋ ਵੀ ਬੋਲਦੇ ਨੇ, ਤਾਂ ਨਾਮ ਹੀ ਨਹੀਂ ਲੈਣੇ ਆਉਂਦੇ ਜੀ, ਉਹ ਲਾ ਕੇ ਅਤੇ ਉਹਨਾਂ ਨੇ ਸੁਣਦੇ ਰਹਿਣਾ ਕਿ ਤਾਂ ਕਿ ਸਾਨੂੰ ਨਾਲ ਤਿਆਰੀ ਵੀ ਕਰੀ ਚੱਲੀਏ। ਵੈਸੇ ਵੀ ਸੋਚੋ ਤੁਸੀਂ, ਅਸੀਂ ਨਾ ਇੱਕ ਮੁਕੱਦਮੇ ਦੀ ਫੀਸ ਲੈਂਦੇ ਹਾਂ 1,00,000 ਰੁਪਇਆ, 1.25 ਲੱਖ ਰੁਪਇਆ, 1.5 ਲੱਖ ਰੁਪਇਆ, 3.5-3 25-25 ਲੱਖ ਰੁਪਏ ਵਕੀਲ ਫੀਸ ਲੈਂਦੇ ਹੈ ਨਾ, ਅਤੇ 1,00,000 ਰੁਪਈਏ ਨਾਲ ਨਾ ਇੱਕ ਬੱਚਾ ਨਾ ਇੱਕ ਆਪਦੀ ਸਾਰੀ ਜ਼ਿੰਦਗੀ ਬਣਾ ਕੇ ਇੱਥੋਂ ਜਾ ਸਕਦਾ। ਮੈਂ ਇੱਕ ਗੱਲ ਕਹਿੰਦਾ ਵੀ ਭਲਿਆਈ ਇੰਨੀ ਘੱਟ ਗਈ ਹੈ ਸਮਾਜ 'ਚ ਕਿ ਕੋਈ ਇੰਨੀ ਕੁ ਕਰੇ ਨਾ ਤਾਂ ਉਹਨੂੰ ਲੋਕ ਸਮਾਨ 'ਤੇ ਚੜਾ ਦਿੰਦੇ ਨੇ, ਇਹ ਮੇਰੇ ਤੋਂ ਜ਼ਿਆਦਾ ਕੰਮ ਕਰਨ ਵਾਲੇ ਚੰਡੀਗੜ੍ਹ 'ਚ ਨਾ ਸੈਂਕੜੇ ਹਜ਼ਾਰਾਂ ਹੋਣਗੇ, ਲੁਬਾਹ 'ਚ ਜਾਂਦੇ ਨੇ, ਗੁਆਚੇ ਹੁੰਦੇ ਨੇ, ਮੈਂ ਸਾਹਮਣੇ ਆ ਗਿਆ ਬਸ ਇਹਦਾ। ਟੀਚਰ ਅਤੇ ਸਟੂਡੈਂਟ 'ਚ ਜੇਕਰ ਅਟੈਚਮੈਂਟ ਨੇ, ਜੇਕਰ ਟੀਚਰ ਸੈਲਰੀ ਲੈਣ ਆਇਆ ਨਾ, ਜੇ ਉਹਨੂੰ ਤਨਖਾਹ 'ਤੇ ਆ ਨਾ ਟੀਚਰ, ਮੈਂ ਤਾਂ ਤਨਖਾਹ 'ਤੇ ਹੈ ਨਹੀਂ ਨਾ, ਮੈਨੂੰ ਤਾਂ ਮੇਰੇ ਵਾਸਤੇ ਤਾਂ ਉਹ ਅਖੀਰਲਾ ਬੱਚਾ ਬੈਠਾ, ਅਖੀਰਲਾ, ਇਹਨੂੰ ਸਮਝ ਨਹੀਂ ਆਉਂਦੀ ਪਈ, ਸਮਝ ਨਹੀਂ ਆਉਂਦੀ ਪਈ, ਅਤੇ ਮੈਂ ਤਾਂ ਉਹਨੂੰ ਪੜ੍ਹਾਵਾਂਗਾ ਨਾ, ਵਿਚਕਾਰਲੇ ਤਾਂ ਆਪੇ ਸਮਝ ਲੈਣਗੇ। ਪਰ ਜਿਹੜੇ ਲੋਕ ਰੱਬ 'ਚ ਵਿਸ਼ਵਾਸ ਕਰਦੇ, ਜੇ ਸਵੇਰੇ ਸ਼ਾਮ ਗੁਰਦੁਆਰੇ ਜਾਂਦੇ, ਜੇ ਫਿਰ ਤੁਸੀਂ ਮਾਸਟਰੀ ਕਰ ਕਚਹਿਰੀ, ਤੁਹਾਨੂੰ ਇਹਨਾਂ ਬੱਚਿਆਂ 'ਚ ਰੱਬ ਕਿਉਂ ਨਹੀਂ ਵਿਖਦਾ? ਜੇ ਇਹਨਾਂ 'ਚ ਰੱਬ ਵਿਖਣ ਲੱਗ ਜਾਏ ਤਾਂ ਤੁਸੀਂ ਉਹਨਾਂ ਦੀ ਕਰੋਗੇ ਨਾ ਸੇਵਾ? ਸੋ ਉੱਥੇ ਜੋ ਆਪਾਂ ਜਾ ਕੇ ਕਰਦੇ ਹਾਂ, ਜਾ ਕੇ ਟੱਲੀਆਂ ਵਜਾਉਣੇ ਆ, ਸਾਰਾ ਕੰਮ ਕਰਦੇ ਹਾਂ, ਤਾਂ ਇਹਨਾਂ ਬੱਚਿਆਂ 'ਚ ਰੱਬ ਵੱਸਦਾ, ਅਤੇ ਇਹਨਾਂ ਨੂੰ ਜੇ ਅਖੀਰਲੇ ਬੱਚੇ 'ਚ ਤੁਹਾਨੂੰ ਆਪ ਵਿਖੋ ਵੀ ਮੈਂ ਮੇਰਾ ਆਪ ਤਾਂ ਚਲੋ ਰੱਬ ਵੀ ਛੱਡੋ, ਆਪ ਦਾ ਬੱਚਾ ਹੀ ਲੱਗੇ, ਅਸੀਂ ਆਪਦੇ ਬੱਚੇ ਦੇ ਮਗਰ ਲੱਗੇ ਰਹਿੰਦੇ, ਉੱਠ ਕਰ, ਪੜ੍ਹ ਲੈ, ਫਲਾਣਾ ਕਰ ਲੈ, ਅਤੇ ਤੁਹਾਨੂੰ ਪੜ੍ਹਾਉਣ ਦਾ ਮੌਕਾ ਮਿਲਿਆ ਨਾ, ਸਰ ਕਿ ਹੁੰਦੇ ਕਿੰਨੇ ਨੇ ਕਲਾਸ 'ਚ। ਪਰ ਇੱਥੇ ਨਾ ਮੇਰੀ ਇੱਕੋ ਗੱਲ ਹੈ ਕਿ ਮੇਰੇ 'ਚ ਲਾਲਚ ਨਾ ਆ ਜਾਵੇ, ਮੇਰੇ 'ਚ ਹੰਕਾਰ ਨਾ ਆ ਜਾਵੇ, ਬਸ ਇਹਦੇ ਤੋਂ ਮੈਂ ਬਚਿਆ ਰਹਾਂ, ਬਾਕੀ ਜਿੰਨਾ ਕੁ ਮੇਰੇ ਤੋਂ ਹੋਇਆ ਹੈਗਾ ਜੀ, ਜਿੰਨੇ ਸਾਹ ਹੈਗੇ ਨੇ ਕੁਦਰਤ ਨੇ ਬਖਸ਼ੇ ਹੋਏ ਤੇ ਆਪਾਂ ਦੇਖ
ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਜੀ, ਮੈਂ ਹਾਂ ਰਮਨ ਤੂਰ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਭ ਦਾ। ਔਰ ਕੱਲ੍ਹ ਦੇ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਧੀਆਂ ਜਦੋਂ ਜੱਜ ਬਣ ਕੇ ਆਪਣੇ ਘਰ ਪਹੁੰਚੀਆਂ ਤੇ ਉਹਨਾਂ ਦੀਆਂ ਜਿਹੜੀਆਂ ਕਹਾਣੀਆਂ, ਉਹਨਾਂ ਦੇ ਸੰਘਰਸ਼ ਦੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚ ਰਹੀਆਂ। ਪਰ ਇਹ ਸਭ ਦੇ ਵਿੱਚ ਅੱਜ ਜਿਹੜੀ ਜਗ੍ਹਾ 'ਤੇ ਮੈਂ ਪਹੁੰਚੀ ਹਾਂ, ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਜੇ ਉਸ ਦੇ ਵਿੱਚ ਕਾਫੀ ਵੱਡਾ ਯੋਗਦਾਨ ਪਾਇਆ। ਅਤੇ ਹਮੇਸ਼ਾ ਹੁੰਦਾ ਤਾਂ ਇਹੀ ਹੈ ਕਿ ਜਦੋਂ ਕੋਈ ਵੀ ਬੱਚਾ ਕਿਸੇ ਬੁਲੰਦੀ 'ਤੇ ਪਹੁੰਚਦਾ ਤਾਂ ਮਾਂ ਪਿਓ ਨੂੰ ਸਭ ਤੋਂ ਜ਼ਿਆਦਾ ਚਾਅ ਹੁੰਦਾ, ਪਰ ਉਸ ਤੋਂ ਵੀ ਵੱਡਾ ਚਾਅ ਕਰਨ ਵਾਲੇ ਉਹਦੇ ਪਿੱਛੇ ਖੜ੍ਹੇ ਹੁੰਦੇ ਆ, ਉਹ ਹੁੰਦੇ ਆ ਅਧਿਆਪਕ। ਅਤੇ ਇਸ ਵੇਲੇ ਜਦੋਂ ਤੁਸੀਂ ਬਹੁਤ ਸਾਰੇ ਬੱਚਿਆਂ ਦੀ ਕਹਾਣੀ, ਬਹੁਤ ਸਾਰੇ ਬੱਚਿਆਂ ਦੀ ਸਟੋਰੀ ਜਿਹੜੀ ਆ ਦੇਖ ਚੁੱਕੇ ਹੋ, ਤਾਂ ਉਹਦੇ ਵਿੱਚ ਇੱਕ ਕੋਮਨ ਜਿਹਾ ਨਾਮ ਜਿਹੜਾ ਬਹੁਤ ਸਾਰੇ ਬੱਚਿਆਂ ਦੇ ਮੂੰਹੋਂ ਸੁਣਿਆ ਹੋਊਗਾ, ਜੀ ਪੀ ਸਰ। ਗੁਰਿੰਦਰਪਾਲ ਸਿੰਘ ਐਡਵੋਕੇਟ ਹੈਗੇ ਆ, ਔਰ ਇਹਦੇ ਨਾਲ ਨਾਲ ਬੜੀ ਸੋਹਣੀ ਸੇਵਾ ਨਿਭਾ ਰਹੇ ਆ। ਜਿਹੜੇ ਬੱਚੇ ਸ਼ਾਇਦ ਸੋਚ ਹੀ ਨਹੀਂ ਸਕਦੇ ਸੀ ਆਪਣੀ ਮਾੜੀ ਆਰਥਿਕਤਾ ਦੀ ਵਜ੍ਹਾ ਕਰਕੇ ਕਿ ਅਸੀਂ ਵੀ ਕਦੀ ਇਹਦੀ ਤਿਆਰੀ ਕਰ ਸਕਦੇ ਹਾਂ, ਜਦੋਂ ਫੀਸ ਹੀ ਲੱਖਾਂ ਲੱਖਾਂ ਦੇ ਵਿੱਚ ਹੋਵੇ, ਉਹਨਾਂ ਬੱਚਿਆਂ ਦੇ ਮੂਹਰੇ ਆ ਕੇ ਢਾਲ ਬਣ ਕੇ ਖੜ੍ਹੇ। ਅਤੇ ਅੱਜ ਜੀ ਪੀ ਸਰ ਦੇ ਘੱਟੋ ਘੱਟ 10 ਬੱਚੇ ਜਿਹੜੇ ਆ ਉਹ ਜੱਜ ਦੀ ਕੁਰਸੀ ਦੇ ਉੱਤੇ ਜਾ ਬੈਠੇ ਆ, ਔਰ ਸਾਨੂੰ ਲੱਗਿਆ ਕਿ ਇਸ ਸ਼ਖਸੀਅਤ ਨੂੰ ਤਾਂ ਜ਼ਰੂਰ ਸਜਦਾ ਕਰਨਾ ਚਾਹੀਦਾ, ਸਲਾਮ ਕਰਨਾ ਚਾਹੀਦਾ। ਅਤੇ ਮੈਂ ਇਸ ਤੋਂ ਪਹਿਲਾਂ ਕਿ ਜੀ ਪੀ ਸਰ ਦੇ ਨਾਲ ਗੱਲਬਾਤ ਸ਼ੁਰੂ ਕਰਾਂ, ਤਿੰਨ ਜਿਹੜੀਆਂ ਇਹਨਾਂ ਦੀਆਂ ਬੱਚੀਆਂ ਜੱਜ ਬਣ ਕੇ ਅੱਜ ਬੈਠੀਆਂ ਹੋਈਆਂ ਵਾ ਆਪਣੀ ਫੈਮਿਲੀ ਦੇ ਨਾਲ, ਸ਼ੁਕਰੀਆ ਅਦਾ ਕਰਨ ਆਈਆਂ ਹੋਈਆਂ। ਅਤੇ ਇਹਨਾਂ ਦੇ ਨਾਲ ਗੱਲ ਕਰਦੇ ਹਾਂ, ਅਤੇ ਨਾਲ ਦੀ ਨਾਲ ਇਹਨਾਂ ਦੀ ਵਾਈਫ, ਇਹਨਾਂ ਦੀ ਬੱਚੀ ਵੀ ਇੱਥੇ, ਪੂਰੇ ਘਰ ਵਰਗਾ ਮਾਹੌਲ ਹੈ, ਇਹਨਾਂ ਦੀ ਆਫਿਸ ਦੇ ਵਿੱਚ ਬੈਠੀ ਹਾਂ। ਇੱਥੇ ਬੱਚਿਆਂ ਦੇ ਲਈ ਹਰ ਇੱਕ ਤਰੀਕੇ ਦਾ ਪ੍ਰਬੰਧ ਕਰਕੇ ਜਿੰਨਾ ਹੋ ਸਕਦਾ ਘਰ ਵਰਗਾ ਮਾਹੌਲ ਦੇ ਕੇ ਉਹਨਾਂ ਨੂੰ ਉਹਨਾਂ ਦੇ ਮੰਜ਼ਿਲ ਤੱਕ ਪਹੁੰਚਣ ਦਾ ਰਸਤਾ ਜਿਹੜਾ ਜ਼ਰੀਆ ਇਹ ਤਿੰਨੋਂ ਘਰ ਦੇ ਮੈਂਬਰ ਬਣਦੇ ਆ। ਬਹੁਤ ਬਹੁਤ ਸਵਾਗਤ ਸਰ, ਅਤੇ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਅਤੇ ਸ਼ੁਕਰੀਆ ਸਾਰੇ ਪੰਜਾਬ ਵੱਲੋਂ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਤੁਹਾਡੇ ਅੱਜ ਬੱਚੇ ਬੈਠੇ, ਔਰ ਕਿੰਨੇ ਸਾਰੇ ਪਿੱਛੇ ਬੱਚੇ ਬੈਠੇ ਆ, ਅਤੇ ਜਦੋਂ ਅਸੀਂ ਬਹੁਤ ਸੋਹਣੀਆਂ ਐਗਜ਼ਾਮਪਲਾਂ ਸੈੱਟ ਕਰਦੇ ਹਾਂ ਨਾ, ਅਤੇ ਉਹਦੇ ਵਿੱਚ ਪਿਛਲਿਆਂ ਨੂੰ ਬੜਾ ਹੌਸਲਾ ਮਿਲ ਜਾਂਦਾ, ਅਤੇ ਉਹ ਵੀ ਪਿੱਛੇ ਜਿਹੜੇ ਸਾਰੇ ਬੈਠੇ, ਮੈਨੂੰ ਐਂ ਲੱਗ ਰਿਹਾ ਉਹਨਾਂ ਦੇ ਚਿਹਰਿਆਂ ਉੱਤੇ ਆਉਣ ਵਾਲੇ ਅਸੀਂ ਵੀ ਜੱਜ ਬੈਠੇ ਹਾਂ। ਪਿਛਲੇ ਸਾਲ ਹਰਿਆਣੇ ਨੂੰ 5 ਜੱਜ ਦੇ ਨੇ, ਪੰਜਾਬ ਨੂੰ 10 ਜੱਜ ਦੇ ਦੇਣੇ, ਕਿਵੇਂ ਜਰਨੀ ਜਿਹੜੀ ਆ ਤੁਹਾਡੀ ਇਹ ਸ਼ੁਰੂ ਹੁੰਦੀ ਆ? ਮਤਲਬ ਤੁਹਾਡੀ ਗੱਲ ਤੋਂ ਮੈਨੂੰ ਐਂ ਲੱਗਦਾ ਵੀ ਭਾਰ ਬਹੁਤ ਜ਼ਿਆਦਾ ਪਾਤਾ ਵੀ ਹਰਿਆਣੇ ਅਗਲੇ 'ਚ ਘੱਟੋ ਘੱਟ 20 ਤਾਂ ਦੇਣੇ ਪੈਣੇ ਨੇ, ਔਰ ਹਰਿਆਣਾ ਆਉਣ ਵਾਲਾ ਹੈ ਨਾ। ਚਲੋ ਖੈਰ, ਇਹ ਮਿਹਨਤ ਕਰਨਗੇ ਤਾਂ ਉਹ। ਕਈ ਵਾਰੀ ਹੁੰਦਾ ਜੀ, ਤੁਹਾਨੂੰ ਨਾ ਕੁਦਰਤ ਨੇ ਕ੍ਰੈਡਿਟ ਦੇਣਾ ਹੁੰਦਾ ਜੀ। ਬੱਚਿਆਂ ਨੇ ਆਪਦੀ ਜਰਨੀ ਹੁੰਦੀ, ਬੱਚੇ ਬਹੁਤ ਮਿਹਨਤੀ ਨੇ ਜੀ, ਬੱਚੇ ਮਿਹਨਤ ਕਰ ਰਹੇ ਸੀ, ਅਤੇ ਉਹ ਤੁਹਾਨੂੰ ਨਾ ਕੁਦਰਤ ਨੇ ਕਹਿਣਾ ਹੁੰਦਾ ਵੀ ਇਹ ਤਿੰਨੇ ਕਰਕੇ ਹੋਇਆ, ਇਹ ਮੇਰੇ ਕਰਕੇ ਤਾਂ ਬਹੁਤਾ ਨਹੀਂ ਹੋਇਆ, ਬਸ ਮੈਂ ਇੰਨਾ ਕੁ ਹੈਗਾ ਵੀ ਇਹ ਬਹੁਤ ਮਿਹਨਤ ਕਰੀ ਜਾਂਦੇ ਸੀ, ਅਤੇ ਮੈਂ ਇਹਨਾਂ ਨੂੰ ਮਾੜਾ ਜਿਹਾ ਥਾਪੜਾ ਦੇ ਦਿੰਦਾ ਸੀ ਵੀ ਚੱਲ ਤੁਸੀਂ ਕੱਬ ਲੱਗੇ ਰਹੋ ਪੁੱਤਰੋ, ਇਹ ਮੇਰਾ ਯੋਗਦਾਨ ਸੱਚੀ ਮੁੱਚੀ ਇੰਨਾ ਕੁ ਜੇ। ਵਕੀਲਾਂ ਦਾ ਯੋਗਦਾਨ ਇੰਨਾ ਕੁ ਹੁੰਦਾ ਕਿ ਉਹ ਬੜੀ ਮੋਟੀ ਜਿਹੀ ਫੀਸ ਲੈ ਕੇ ਅਤੇ ਉਹ ਕੇਸ ਲੜਦੇ ਆ, ਜਿੱਤ ਹਾਰ ਉਹ ਉੱਪਰਲਾ ਜਾਣੇ। ਪਰ ਤੁਸੀਂ ਵੀ ਤਾਂ ਉਸ ਲੀਹ ਦੇ ਉੱਤੇ ਚੱਲ ਸਕਦੇ ਸੀਗੇ, ਤੁਸੀਂ ਕਿਉਂ ਅਲੱਗ ਰਸਤਾ ਚੁਣਿਆ, ਅਤੇ ਕਿੱਥੋਂ ਸ਼ੁਰੂਆਤ ਹੋਈ ਤੁਹਾਡੇ ਕੋਲ, ਪਹਿਲਾ ਬੱਚਾ ਕਿਹੜਾ ਆਇਆ, ਅਤੇ ਉਸ ਤੋਂ ਬਾਅਦ ਐਡੀ ਵੱਡੀ ਲਾਈਨ ਲੱਗ? ਮੈਂ ਨਾ ਮਤਲਬ ਮੈਂ ਵੀ ਉਹੀ ਸੀਗਾ ਜੀ, ਉਹੀ ਵਕੀਲ ਹਾਂ, ਹੁਣ ਵੀ ਹੈਗਾ, ਨਾਲੇ ਪੁਰਾਣਾ ਨਹੀਂ, ਮਤਲਬ ਉਹ ਵਕੀਲ ਆ, ਫੀਸ ਲੈਣੀ, ਕੰਮ ਕਰਨੇ, ਉਹ ਮੇਰਾ ਪ੍ਰੋਫੈਸ਼ਨ ਹੈ ਜੀ। ਇਹ ਤਾਂ ਬਾਈ ਚਾਂਸ ਸੀ, ਜਿਵੇਂ ਹੁੰਦਾ ਮਤਲਬ ਕਈ ਵਾਰੀ ਕੁਛ ਚੀਜ਼ ਵਾਪਰ ਨਹੀਂ ਹੁੰਦੀ ਹੈ ਨਾ, ਅਤੇ ਉਸ ਤਰ੍ਹਾਂ ਹੋਇਆ ਵੀ ਇੱਕ ਦਿਨ ਮੈਂ ਬੈਠਾ ਸੀ ਕੋਰਟ 'ਚ, ਕੋਰਟ 'ਚ ਮੇਰੇ ਕੋਲ ਦੋ ਤਿੰਨ ਬੱਚੇ ਸੀ, ਇੱਕ ਕੁੜੀ ਸੀ, ਦੋ ਮੁੰਡੇ ਸੀ, ਅਤੇ ਉਹਨਾਂ 'ਚੋਂ ਮੇਰੇ ਪੜੋਸ 'ਚ ਹੀ ਬੈਠਦੇ ਨੇ ਇੱਕ ਬਦਰਾਨ ਸਾਹਿਬ ਵਕੀਲ, ਉਹਨਾਂ ਕੋਲ ਆ ਗਏ ਉਹ, ਉਹਨਾਂ ਕੋਲ ਜੂਨੀਅਰ ਸੀ, ਅਤੇ ਮੈਂ ਅਸੀਂ ਐਵੇਂ ਗੁੰਦਾ ਚਾਹ ਪੀਣ ਲੱਗਿਆ, ਇੱਕ ਦੂਜੇ ਨਾਲ ਬੰਦਾ ਆ ਜਾਓ ਬਦਰਾਨ ਸਾਹਿਬ ਬੈਠੋ, ਆ ਜਾਓ ਚਾਹ ਬਣਾ ਲਈਏ, ਉਹ ਦੋ ਬੰਦੇ, ਉਹ ਵੀ ਬੱਚੇ ਨਾਲ ਸੀ, ਉਹ ਵੀ ਆ ਜਾਓ ਇੱਧਰ ਯਾਰ ਚਾਹ ਪੀਂਦੇ ਆ, ਵਕੀਲ ਸਾਹਿਬ ਹੀ ਨੇ ਸਾਰੇ ਸਾਡੇ ਵਾਸਤੇ ਛੋਟਾ ਵੱਡਾ ਵਕੀਲ, ਕਾਲੇ ਕੋਰਟ 'ਚ ਕੋਈ ਤਾਂ ਖਾਸੀਅਤ, ਅਤੇ ਬਰਾਬਰ ਜਿਹਾ ਕਰ ਦਿੱਤਾ ਸਾਰਿਆਂ ਨੂੰ ਵਕੀਲਾਂ ਨੂੰ, ਅਤੇ ਉਹ ਬਸ ਬੈਠੇ ਤੇ ਉਹਨਾਂ ਨੇ ਮੈਂ ਉਹਦੀ ਕਹਾਣੀ ਜੀ ਸੁਣਾਉਣ ਲੱਗ ਗਏ ਮੈਨੂੰ। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਵੇਂ, ਵੀ ਕਹਿੰਦੇ ਅਸੀਂ ਜੀ ਇੱਥੇ ਕੋਚਿੰਗ ਲੈਣ ਆਏ ਸੀਗੇ ਜੀ। ਫਿਰ ਕਹਿੰਦੇ ਜੀ ਦੋ ਕਿਸ਼ਤਾਂ ਕਰ ਲਈਆਂ ਸੀ ਘਰੋਂ, ਮਾੜਾ ਜਿਹਾ ਥੋੜ੍ਹੇ ਹਾਲਾਤ ਤੰਗੀ ਵਾਲੇ ਸੀਗੇ, ਆਰਥਿਕ ਤੰਗੀ ਸੀਗੀ, ਅਤੇ ਪਹਿਲੀ ਕਿਸ਼ਤ ਦੇ ਹੋਈ ਅਤੇ ਦੂਜੀ ਦੇ ਨਹੀਂ ਹੋਈ, ਦੇ ਨਹੀਂ ਹੋਈ, ਅਤੇ ਫਿਰ ਕਹਿੰਦੇ ਅੱਗੇ ਜਾਰੀ ਨਹੀਂ ਰੱਖ ਸਕੇ। ਮਤਲਬ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਉਹਨਾਂ ਨੇ ਕੱਢਤਾ ਜਾਂ ਦਿਸ ਕਰਤਾ, ਵੀ ਨਹੀਂ ਜਾਰੀ ਰੱਖ ਸਕੇ, ਸਾਡੇ ਤੋਂ ਨਹੀਂ ਹੋਇਆ ਜੁਗਾੜ, ਅਤੇ ਹੁਣ ਅਸੀਂ ਆਏ ਹਾਂ ਇੱਥੇ, ਥੋੜ੍ਹਾ ਬਹੁਤ ਕੋਈ ਸਾਨੂੰ ਸਾਰਾ ਲੱਗ ਜਾਏ, ਕੋਈ ਜੂਨੀਅਰ ਰੱਖ ਲਵੇ, ਕੋਈ ਛੋਟਾ ਮੋਟਾ, ਅਤੇ ਆਪਾਂ ਥੋੜ੍ਹਾ ਜਿਹਾ ਕੰਮ ਕਰ ਲਈਏ। ਅਤੇ ਉਹ ਜਿਹੜੇ ਬੰਦੇ ਨਾਲ ਸੀ ਨਾ, ਉਹਨਾਂ ਨਾਲ ਉਹ ਇੰਟਰਨ ਦੇ ਤੌਰ 'ਤੇ ਕਦੀ ਕਿਸੇ ਦਿਨ ਆਏ ਹੋਣੇ ਨੇ ਪਹਿਲਾਂ, ਮਤਲਬ 3rd ਈਅਰ 4th ਈਅਰ 'ਚ, ਉਹ ਮੁੰਡੇ ਨੇ ਨਾ ਬਹੁਤ ਸਾਰੇ ਐਗਜ਼ਾਮ ਦਿੱਤੇ ਹੋਏ ਸੀ, ਐਡਵੋਕੇਟ ਹੈ ਸਾਡਾ, ਬਹੁਤ ਸੀਨੀਅਰ ਐਡਵੋਕੇਟ ਹੈ ਹੁਣ ਤਾਂ, ਉਹਨੇ ਐਡੀਸ਼ਨਲ ਡਿਸਟ੍ਰਿਕਟ ਜੱਜ ਦੇ ਮਤਲਬ 4-5 ਤਾਂ ਇੰਟਰਵਿਊ ਵੀ ਦੇ ਚੁੱਕਿਆ ਸੀ, ਕਾਫੀ ਉਸ ਉਹਨੂੰ ਤਜਰਬਾ ਬਹੁਤ ਸੀ, ਅਤੇ ਮੇਰੇ ਮਨ 'ਚ ਉਹ ਆਈ, ਮੈਂ ਕਿਹਾ ਬਦਰਾਨ ਸਾਹਿਬ ਤੁਸੀਂ ਇਹਨਾਂ ਨੂੰ ਪੜ੍ਹਾ ਦਿਓ, ਤੁਸੀਂ ਤਾਂ ਇੰਨਾ ਪੜ੍ਹੇ ਜੇ, ਇਹਨਾਂ ਦੀ ਇੱਛਾ ਹੈ ਜੱਜ ਬਣਨ ਦੀ। ਅਤੇ ਉਹ ਜਿਵੇਂ ਹੁੰਦਾ ਨਾ, ਉਹ ਕਹਿੰਦੇ ਯਾਰ ਗੁਰਿੰਦਰਪਾਲ ਸਿੰਘ ਭਾਅ ਜੀ ਬੋਲਦਾ ਸੀ ਮੈਨੂੰ, ਭਾਈ ਸਾਹਿਬ ਮੇਰੀ 12 ਸਬਜੈਕਟ ਨੇ,
इन्नी कम ही पढ़ा सकता नाल वकालत करनी मैं उ बैठे बैठे कहता कोई मतलब चित चेता ही नहीं मैंने भी ये काम भी शुरू हो जाना जी। मैं उन्होंने कहा किन्ने पढ़ा सकना है कहना मैं दो पढ़ा दूंगा मैं बाकी दस मैं पढ़ाऊंगा वो मुंडा हूँ तक जज बन गया जी उन्होंने सतनाम सिंह ऐसे ही बैच च बने वो मैं गया सतनाम सिंह नाल एक होर से छड़ के चला गया बार कुड़ी से शायद बाहर चली गई जिमें पंजाब आदत है ना बाहर जाने की इस शायद पता नहीं उन्होंने चंगी किस्मत सी या माड़ी सी आई टप जाने बट वो मुंडा एक रह गया ही वो एक ही जज बन गया जी हुण हुण पंजाब विच जज है इस टाइम हुशियारपुर तो है तो उन्होंने मैं क्या उन्होंने तिना मैं क्या कल ना सीपीसी मतलब साढ़े कोड ऑफ सिविल प्रोसीजर है सीपीसी तो कॉन्स्टीट्यूशन की किताब लै गया है वो सवेरे लै जी मैं पढ़ाने लग गया जो मैं उन्होंने पढ़ाने लग्या ना तो दो मैंने लगा भी चार पाँच घंटे रात को मैं पढ़ना पैंदा मैं टीचर तो है नहीं सी ना मेरे को हैगी सी चिणगारी टीचर वाली पर ऊ नहीं सी ना मैंने चार पाँच घंटे पढ़िया करा सवेरे उन्होंने पढ़ाने लगा घंटे च मेरी पढ़ाई तो मुक जा करे जिनी मैं पढ़ी सी फिर मैंने होया भी तू इन्नी मेहनत कर रहा चार घंटे इन्होंने वास्ते ला रहा मेरे को ठीक ठाक काम से तुम मैं दसिया पहले सारे पता मैं बार कौंसल का चेयरमैन रहा मैं एडिशनल एडवोकेट जनरल रहा पंजाब मेरे को ठीक ठाक से पता रोटी पानी मेरी ठीक अच्छी चलती से मैंने कोई इस तरह नहीं मैंने कोई पैसे की लड़ सी पर जिमें होंगे ना कुदरत वालों कुछ काम करने होंगे ने तुम वो जिमें ही उन्होंने मैं उन्होंने उन्हें दूजे दिन मैं इन्होंने कहा फिर उन्हें मैंने एक होर स्टोरी सुनाई उन्होंने बच्चे इस तरह मैंने मिले कि सर दो घर च मझा सगिया जी एक विक गई एक फिर दूजी वेचन माँ तो कहती वेच दें तू पढ़ ला मैं पता नहीं बनी है ना बनी है घर एक डंगर है दुध पानी का है वो मेरे दिमाग असं भी पिंड जमे पले मेरे दिमाग आया पिंड किन्नियां को इन्ना को होंगे बिल्कुल कई यो एक ना मैं तुम्हें एक गल दसा सानू तो बहुत माण मिल रहा तो बच्चे भी कर गए ने एक चीज़ जी ना सामने नहीं आनी पंजाब सरकार की एक स्कीम सी उस स्कीम सी कि जिहड़े बच्चे शड्यूल कॉस्ट बैकवर्ड या इस तरह के कैटेगरी के ना बहुत ज़्यादा उन्होंने ना फ्री उन्होंने फीस देनी शुरू करती सी ईवन जे वो प्राइवेट कॉलेजों स्कूलों में भी पढ़ते सी तो मेरे जिहड़े अठ सत्त बच्चे लगे ना उन्हें तीन चार तो वो होने जेकर वो फीस उस समय पंजाब की उस स्कीम ना होती तो ला भी नहीं कर सकनी सी तो इस करके कंट्रीब्यूशन जो होंगे ना बहुत ज़्यादा होंगे असं आपका अद्धा तो गिन लें भी साडा क्योंकि साडा वो नाम लई जाते हैं बहुत मतलब बहुत बंद आता है सरकार दकीमों के कंट्रीब्यूशन ने जी इन्हों की मेहनत देने इन्हों के पेरेंट्स ने इन्हों परमिट किया पर मैं स्टोरी विचे नहीं छड़ता मैं पूरी कर देना बस फिर वो जो दो मैं पता लगा ना तो मैं क्या यार गरीब घर तो होर भी बहुत ने जो बच्चों ने पढ़ लिया इन्हें घर पहली माझी वेचन भी तो चंडीगढ़ का मूँह भी नहीं वेख सकते कोचिंग तो दूर रह गई तो मैं दूजे दिन जी बार कौंसल फोन करे बरे मैं उत्थे रहा मैं उन्होंने कहा तो छे नवे वकील किन्ने बने ने इस साल कहते 6000 है होंगे ना नवे जज्बा भी होंगे तो मैं क्या उन्होंने यार आप पता नहीं कहें नहीं पता लग सकता जी गरीब किहड़ा अमीर किहड़ा फलाना साढ़े कोल रिकॉर्ड है नहीं मैं क्या फिर 6000 नू एक मैसेज कर दियो यार भी जी यू कांट मैनू मैसेज अजे भी याद है मैं जुलाई की 23-24 नू कीता सी 2019 की गल है मैं क्या मैसेज कर दी यू कांट अफोर्ड हैफ्टी कोचिंग फी यू वांट टू स्टडी यू हैव एसपीरेशन टू बिकम जुडिशियल ऑफिसर आई विल गिव यू फ्री कोचिंग रमन मैं जिंदगी बहुत बार रोया थोड़ा इमोशनल जी जी कोई गल नहीं जो मैं मैसेज किया ना मैं बहुत दुख होया तुम सोचो कि भी कदा दुख होया मेरे को पंजाब बंद फोन आए जी अभी देख रहे जो कमरा मेरे को यही उदो हूँ तो खैर बच्चों की कृपा ना मेरे को बहुत कुछ है जी मैं सिर्फ 20 बंद बिठा सकता है मैनू लगे गुरिंद्रपाल सिंह तू 50 की आस पैदा की 30 की आस तू जमद्या मारती वो बड़ा दुखदाई टाइम से पर फिर होंगे वक्त होंगे जी आपका आपका टाइम है मैं क्या फिर हूँ मैं इस स्थिति च मेरे को 50 पढ़ना जाने जी हूँ तो मेरे को 50 ही जन जे कहते हैं भी तुम सानू पढ़ा दियो जी अं दोवें की फीस दे देंगे जी तो वो फिर वक्त से वो मेरा पहले बहुत औखा टाइम से जी मैं शुरुआत का पहला जेकर मैंने कोई दुख लग्या ना ये भी तू आस क्यों पैदा की उन्होंने तू 50 बंद ने मैं फोन किया कि असं तेरे को पढ़ना चाहते हैं साढ़े को पैसा नहीं असं गरीब है हैं पर तेरे को तो बिठाने की जा भी आती तेरे को तू भी तू ज्यादा पढ़ा नहीं सकता ही तेरे को संसाधन ही नहीं सी इस तरह इन्ने ज़्यादा कि तू पढ़ा सके पर ए नहीं हो जी वो भी फिर मैंने छांटने पे फिर मैं भी चुना इस तरह छांटे भी दस तो मैं बिल्कुल ही गरीब घर का बच्चा है चाहे उन्हें 50% नंबर ने भी जिंद घर जिम्मे होंगे ना भी एक टाइम रोटी का भी रौला पै जाता है मैं सोचा भी दिमाग तो इन्होंने भी हैगा बहुत तो ये बेचार ने नंबर उदो लाच इस करके नहीं लै सके भी बेचारे घर रोटी नहीं पूरी होंगी पता क्लास लानी कि नहीं लानी बिल्कुल फिर मैं दस ही छाटे भी जो टैलेंटेड बच्चे से 80% 90% नंबर लै रखे घर खाने नहीं गए घरों गरीब से मजदूर के बच्चे से फिर मैं एक बैलेंस जहा बनाया दस एक छांट ले दस एक
ਪਰ ਉਹ ਜਿਵੇਂ ਹੁੰਦਾ ਨਾ ਵੀ ਕੁਦਰਤ ਦੇ ਕੁਛ ਆਪਦੇ ਵਰਤਾਰੇ ਹੁੰਦੇ ਨੇ, ਉਹ ਆ ਗਿਆ ਕੀ ਬੋਲਦੇ ਨੇ ਕਰੋਨਾ ਆ ਗਿਆ, ਬੱਚੇ ਘਰੇ ਚਲੇ ਗਏ, ਮੇਰੇ ਕੋਲ 11 ਕੀ ਬੱਚੇ ਬਚੇ ਜੀ ਸਾਲ ਕੇ ਬਾਅਦ ਨਾ, ਸਾਲ ਡੇਢ ਸਾਲ ਬਾਅਦ, ਪਰ ਮੈਂ ਹੌਸਲਾ ਜਿਹਾ ਨਹੀਂ ਛੱਡਿਆ, ਮੈਂ ਚੱਲ 11 ਨੇ 11 ਹੀ ਸਹੀ ਆਪਣਾ ਇੱਦਾਂ ਪੜ੍ਹਾਈ ਪੜ੍ਹਾਈ ਜਾਂਦੇ ਸੀ, 10 ਨੂੰ ਪੜ੍ਹਾਤਾ, 20 ਨੂੰ ਪੜ੍ਹਾਤਾ, ਉਹ ਫਿਰ ਮੈਂ 10-11 ਚੋਂ ਫਿਰ 5 ਚੱਜ ਲੱਗ ਗਏ ਜੀ ਪੰਜਾਬ 'ਚ। ਹਮੇਸ਼ਾ ਇਹ ਹੁੰਦਾ ਕਿ ਕੋਈ ਕਿੰਨਾ ਵੀ ਵੱਡਾ ਜੱਜ ਬਣ ਜੇ, ਐਡਵੋਕੇਟ ਹੋਵੇ, ਜੱਜ ਹੋਵੇ, ਹੋਮ ਮਿਨਿਸਟਰ ਦੇ ਸਾਹਮਣੇ ਉਹ ਹਮੇਸ਼ਾ ਜੋ ਹੁੰਦਾ ਤੁਹਾਨੂੰ ਵੀ ਪਤਾ, ਆ ਹੋਮ ਮਿਨਿਸਟਰ ਸਾਹਿਬ ਤੁਹਾਡੇ ਨਾਲ ਖੁਦ ਇਸ ਸੇਵਾ ਦੇ ਵਿੱਚ ਹੈ, ਇਹ ਸਬੱਬ ਕਦੋਂ ਜੁੜਿਆ ਇਹਨਾਂ ਨਾਲ? ਜੱਜ ਘਰੇ ਤਾਂ ਰੋਂਗ ਹੀ ਹੁੰਦਾ, ਬੜਾ ਪੁਰਾਣਾ ਜੁੜਿਆ ਹੋਇਆ ਚੰਗੀ ਲੱਗਦੀ ਮਾੜੀ ਹੈ, ਦਫ਼ਾ ਕਰ ਇਹਨੂੰ, ਇਹ ਕਰਨਾ, ਤਾਂ ਹੀ ਤਾਂ ਤੁਰਿਆ ਰਹਿੰਦਾ। ਇੱਕ ਤਾਂ ਉਹ ਹੁੰਦਾ ਵੀ ਤੁਹਾਡਾ, ਇੱਕ ਫਿਰ ਇਹ ਵੀ ਨਾ ਇਹਦੇ ਫਾਦਰ ਮੁਨਸ਼ੀ ਸੀ ਜੀ ਕਚਹਿਰੀ 'ਚ, ਇਹ ਇੱਕ ਵਕੀਲ ਬਣ ਕੇ ਆਈ ਹੋਈ ਹੈ ਉੱਥੋਂ, ਇਹ ਫਿਰ ਵਕੀਲ ਬਣ ਕੇ ਹਾਈ ਕੋਰਟ 'ਚ ਨੇ ਠੀਕ ਠਾਕ ਆਪਦਾ ਕੰਮ ਕੀਤਾ, ਰੋਟੀ ਪਾਣੀ ਖਾਧੀ ਆਪਦਾ ਕਰਦੀ ਰਹੀ, ਪਿੱਛੇ ਮੀਡੀਏਟਰ ਦਾ ਟਾਈਮ ਮਿਲਿਆ, ਉਦੋਂ ਮਤਲਬ ਮੌਕਾ ਮਿਲਿਆ, ਉਦੋਂ ਵੀ ਇਹਨੇ ਆਪਦੀਆਂ ਸਰਵਿਸ ਦਿੱਤੀਆਂ, ਪਰ ਇਹਦੇ 'ਚ ਸ਼ਾਇਦ ਮੇਰੇ ਨਾਲੋਂ ਵੀ ਜ਼ਿਆਦਾ ਸੀ ਇਹਨੇ ਤਾਂ, ਮਤਲਬ ਜਿਵੇਂ ਮੈਂ ਅੱਜ ਕੱਲ੍ਹ ਨਾ 2 ਸਾਲ ਤਾਂ ਇਹਨੇ ਸ਼ੁਰੂ 'ਚ ਗਈ, ਅੱਜ ਕੱਲ੍ਹ ਮੈਂ ਤਾਂ ਜਾਣਾ ਕੋਰਟ, ਮੈਂ ਤਾਂ ਰੈਗੂਲਰ ਜਾਣਾ ਹੁੰਦਾ, ਮੇਰੇ ਤਾਂ ਕੇਸਿਸ ਲੱਗੇ ਨੇ ਲੋਕਾਂ ਨੇ, ਮੇਰੇ 'ਤੇ ਜਿਹੜਾ ਉਹ ਵਕਾਲਤਨਾਮਾ ਸਾਈਨ ਕਰਕੇ ਦਿੱਤਾ, ਉਹ ਵੀ ਵੱਡੀ ਬੜੀ ਵੱਡੀ ਰਿਸਪੋਂਸੀਬਿਲਟੀ, ਅਸੀਂ ਉਹ ਕਰਨੇ ਹੁੰਦੇ ਨੇ, ਇਹ ਤਾਂ ਮਹੀਨੇ 'ਚ 2 ਵਾਰੀ ਮੁਸ਼ਕਿਲ ਨਾਲ ਜਾਂਦੇ ਨੇ ਉੱਥੇ, ਬਾਕੀ ਟਾਈਮ ਇਹਨਾਂ ਬੱਚਿਆਂ ਵਾਸਤੇ ਹੀ ਨਹੀਂ ਜੀ। ਇਹਦਾ ਸ਼ੀ ਹੈਜ਼ ਡੈਡੀਕੇਟਡ ਹਰਸੈਲਫ, ਔਰ ਇਹ ਲੈਂਗੁਏਜ ਵਾਸਤੇ, ਇੱਕ ਬੱਚੇ ਦੀ ਇੰਟਰਵਿਊ ਇੱਕ ਦੀ ਸੁਣਨਾ, ਉਹ ਸਾਡੇ ਇੱਕ ਚੈਨਲ 'ਤੇ ਜਿਹੜਾ ਵੀ ਹੈਗਾ, ਉਹ ਤੁਹਾਡੇ 5-4 ਹੈਗੀਆਂ ਨੇ, ਇੱਕ ਰੇਣੂ ਬਾਲਾ ਬਣੀ ਸੀ ਪਿਛਲੀ ਵਾਰ, ਉਹ ਕਹਿੰਦੀ ਸਬਜ਼ੀਆਂ ਦੇ ਨਾਂ ਨਹੀਂ ਪਤਾ ਸੀ ਜਦੋਂ ਅਸੀਂ ਆਏ, ਅੰਗਰੇਜ਼ੀ 'ਚ ਕੀ ਹੁੰਦੇ ਨੇ, ਕਲਰਸ ਦੇ ਨਾਂ ਨਹੀਂ ਸੀ, ਮੈਮ ਨੇ ਪਹਿਲਾਂ ਤਾਂ ਸਾਨੂੰ ਇੱਥੇ ਸਬਜ਼ੀਆਂ ਦੇ ਨਾਂ ਸਿਖਾਉਣੇ, ਫਿਰ ਰੇੜੀ 'ਤੇ ਲੈ ਜਾਣਾ, ਉੱਥੇ ਜਾ ਕੇ ਕਹਿਣਾ ਇਸ ਸਬਜ਼ੀ ਦਾ ਅੰਗਰੇਜ਼ੀ 'ਚ ਨਾਂ ਦੱਸੋ, ਇਸ ਤਰ੍ਹਾਂ ਅੰਗਰੇਜ਼ੀ ਸਿਖਾ ਸਿਖਾ ਕੇ, ਐਂਡ ਸ਼ੀ ਇਜ਼ ਨਾਓ ਜੱਜ। ਸੋ ਸ਼ੀ ਇਜ਼ ਡੂਇੰਗ ਹਰ ਜਿਹੜਾ ਵੀ ਕੰਟਰੀਬਿਊਸ਼ਨ ਹੈ, ਇਹਦੀ ਕੰਟਰੀਬਿਊਸ਼ਨ, ਉਹ ਐਵੇਂ ਨਾ ਮਜ਼ਾਕ 'ਚ ਕਹਿੰਦੇ ਨੇ ਵੀ ਬੰਦਾ ਤਾਂ ਘਰੇ ਪੱਬਾਂ ਨਹੀਂ ਲਿਆ ਸਕਦਾ, ਘਰ ਵਾਲੀ ਕਲੇਸ਼ ਕਰਦੇ, ਠੀਕ ਹੈ ਨਾ ਜੀ। ਖੈਰ ਮੈਂ ਖੈਰ ਕਲੈਰੀਫਾਈ ਕਰਦੇ, ਮੈਂ ਜ਼ਿੰਦਗੀ 'ਚ ਦਾਰੂ ਨਹੀਂ ਤਾਂ ਐਨੀ ਉਹ ਵੀ ਬੰਦਾ ਘਰੇ ਪੱਬਾਂ ਨਹੀਂ ਲਿਆ ਸਕਦਾ, ਘਰੇ ਕਲੇਸ਼ ਹੋ ਜਾਂਦਾ, ਅਤੇ ਤੁਸੀਂ ਇੱਥੇ 50 ਬੱਚੇ ਲਿਆ ਕੇ ਬਿਠਾ ਤੇ ਵੀ ਆਪਾਂ ਇਹਨਾਂ ਨੂੰ ਪੜਾਉਣਾ, ਅਤੇ ਫਿਰ ਜੇ ਉਹਦੇ ਬਿਨਾਂ ਕਿਵੇਂ ਗੁਜ਼ਾਰਾ ਚੱਲੂ? ਮੈਂ ਤੁਹਾਡੇ ਤੱਕ ਵਾਪਸ ਆਉਂਦੀ ਹਾਂ ਮੈਮ ਨਾਲ ਗੱਲ ਕਰਦੇ ਹਾਂ। ਹੁੰਦਾ ਤਾਂ ਇਹੀ ਹੈ ਕਿ ਜਦੋਂ ਮਾਂ ਦਾ ਕੋਈ ਇੱਕ ਬੱਚਾ ਛੋਟੀ ਜਿਹੀ ਵੀ ਉਪਲਬਧੀ ਹਾਸਲ ਕਰ ਲਵੇ ਤਾਂ ਉਹਦਾ ਪੈਰ ਜਿਹੜਾ ਭੁੰਜੇ ਨਹੀਂ ਲੱਗਦਾ ਹੁੰਦਾ। ਅਤੇ ਤੁਸੀਂ ਜਿਸ ਤਰ੍ਹਾਂ ਸਰ ਦੱਸ ਰਹੇ ਨੇ ਕਿ ਆਪਣੇ ਸਟੂਡੈਂਟਸ ਨੂੰ ਮਾਂ ਤੋਂ ਵੀ ਵੱਧ ਕੇ ਇਸ ਤਰੀਕੇ ਨਾਲ ਸਿਖਾਉਣਾ ਨਹੀਂ, ਟੀਚਰਾਂ ਦਾ ਮਕਸਦ ਅੱਜ ਕੱਲ੍ਹ ਕਿਵੇਂ ਦਾ ਰਹਿ ਗਿਆ ਸਾਨੂੰ ਸਭ ਨੂੰ ਪਤਾ। ਤੁਹਾਡੇ ਇੰਨੇ ਸਾਰੇ ਬੱਚੇ ਜੱਜ ਬਣ ਕੇ ਆ ਰਹੇ ਅੱਜ ਢੋਲ ਢਮੱਕੇ ਨਾਲ, ਪਰਿਵਾਰ ਤੁਹਾਡਾ ਸ਼ੁਕਰੀਆ ਅਦਾ ਕਰਨ ਆ ਰਹੇ ਆ, ਕਿਵੇਂ ਲੱਗਦਾ ਜਦੋਂ ਇਹ ਸੰਘਰਸ਼ ਦੇ ਵਿੱਚ? ਅੱਛਾ ਲੱਗਦਾ, ਸਾਰੇ ਬੱਚੇ ਉਵੇਂ ਹੀ ਮੇਰੇ ਨਾਲ ਕਿਚਨ 'ਚ ਵੜ ਜਾਂਦੇ ਸੀਗੇ ਜਿਵੇਂ ਮੇਰੇ ਆਪਦੀ ਬੇਟੀਆਂ ਹੋਣ, ਅਤੇ ਇੱਥੇ ਸਭ ਮਸਤੀ ਕਰਦੇ, ਸਭ ਪੜ੍ਹਦੇ, ਸਾਰੇ ਖੇਡਦੇ ਕੁੱਦਦੇ, ਸਭ ਪੜ੍ਹਦੇ ਜੀ। ਇੱਥੇ ਜਿਵੇਂ ਮੈਮ ਇਹਨਾਂ ਬੱਚਿਆਂ ਦੀਆਂ ਜਦੋਂ ਪਹਿਲਾਂ ਪ੍ਰੋਬਲਮ ਰਹੀਆਂ ਹੋਣਗੀਆਂ, ਉਹ ਪੇਨ, ਉਹ ਜਿਹੜੀ ਸਟਰਗਲ ਆ, ਉਹ ਸਾਰੀ ਤੁਸੀਂ ਨਾਲ ਫੇਸ ਕੀਤੀ, ਅੱਜ ਉਹਦਾ ਅੰਤ ਜਿਹੜਾ ਨਾ ਖੂਬਸੂਰਤ ਹੋਇਆ, ਉਹ ਸੋਚ ਕੇ ਕੀ ਫੀਲ ਹੁੰਦਾ? ਇੱਕ ਨਾ ਸਾਡੀ ਕਲਾਸ ਦੀ ਬਹੁਤ ਅੱਛੀ ਖਾਸੀਅਤ ਹੈ, ਹਰ ਬੱਚਾ ਹਰ ਬੱਚੇ ਨੂੰ ਹੈਲਪ ਕਰਦਾ ਔਰ ਸਾਰੇ ਖੁਸ਼ ਰਹਿੰਦੇ ਆ। ਕੋਈ ਵੀ ਇਸ ਤਰ੍ਹਾਂ ਨਹੀਂ ਵੀ ਕਿਸੇ ਦਿਨ ਕੋਈ ਬੱਚਾ ਉਦਾਸ ਹੋਵੇ, ਜੋ ਵੀ ਥੋੜ੍ਹਾ ਲੋਅ ਫੀਲ ਕਰਦਾ ਇੱਕ ਦੂਸਰੇ ਨੂੰ ਇਹ ਹਸਾਉਂਦੇ ਰਹਿੰਦੇ, ਜਾਂ ਉਹ ਬੱਚਾ ਗੁਰਿੰਦਰ ਕੋਲ ਆ ਜਾਏਗਾ ਬਈ ਸਰ ਅੱਜ ਮੈਂ ਇੱਦਾਂ, ਗੁਰਿੰਦਰ ਤਾਂ ਹਮੇਸ਼ਾ ਮਿੱਠੀ ਗੋਲੀਆਂ ਹੀ ਦਿੰਦੇ ਆ ਸਾਰਿਆਂ ਨੂੰ ਜੀ। ਹਾਂ ਮਤਲਬ ਪਤਾ ਨਹੀਂ ਇਹਨਾਂ 'ਚ ਖਾਸੀਅਤ ਹੈ ਵੀ ਉਹ ਨਾ ਜਦੋਂ ਕੋਈ ਆ ਜਾਏ ਉਹ ਮਤਲਬ ਹੱਸ ਕੇ ਹੀ ਜਾਂਦਾ, ਟੈਨਸ਼ਨ ਬਹੁਤਾ ਨਹੀਂ ਰੱਖਦਾ। ਅਤੇ ਕਲਾਸ 'ਚ ਨਾ ਸਾਡੇ ਮਾਹੌਲ ਬਹੁਤ ਅੱਛਾ ਹੈ, ਬੱਚੇ ਹਰ ਟਾਈਮ ਖੁਸ਼ ਰਹਿੰਦੇ ਹੈ, ਕਿਸੇ ਦਾ ਬਰਥਡੇ ਹੈ ਸੈਲੀਬ੍ਰੇਟ ਹੋ ਰਿਹਾ, ਹੱਸ ਰਹੇ ਹੈ, ਨੱਚ ਰਹੇ ਹੈ, ਮਤਲਬ ਔਰ ਨਾਲ ਨਾਲ ਪੜ੍ਹ ਰਹੇ ਹੈ, ਇਹ ਨਹੀਂ ਪੜ੍ਹਨ 'ਚ ਕਦੇ ਕੋਈ ਕਮੀ ਨਹੀਂ ਰਹੀ ਔਰ ਖੁਸ਼ ਰਹਿੰਦੇ ਆ ਸਾਰੇ। ਮੈਂ ਨਾ ਕੱਲ੍ਹ ਪਰਸੋਂ ਦੀ ਜਦੋਂ ਤੋਂ ਜਿਹੜੀਆਂ ਕੁੜੀਆਂ ਜੱਜ ਬਣੀਆਂ ਖਾਸ ਤੌਰ 'ਤੇ, ਉਹਨਾਂ ਨੂੰ ਮੈਂ ਇਹ ਸਵਾਲ ਕਰਦੀ ਆ ਰਹੀ ਹਾਂ, ਅਤੇ ਹੁਣ ਤਾਂ ਉਹਨਾਂ ਦੇ ਕਹਿ ਸਕਦੇ ਹਾਂ ਕਿ ਗੁਰੂ ਮਾਂ ਅਤੇ ਗੁਰੂ ਪਿਤਾ ਬੈਠੇ ਹੋਏ ਆ, ਹੁੰਦਾ ਇਹ ਹੈ ਕਿ ਬਹੁਤ ਅਜੇ ਵੀ ਹਾਲਾਤ ਐਸੇ ਆ ਕਿ ਜਦੋਂ ਡਿਸੀਜ਼ਨ ਜਿਹੜਾ ਬੱਚੀਆਂ ਦਾ ਕੋਈ ਹੋਰ ਲੈਂਦਾ, ਚਾਹੇ ਉਹਨਾਂ ਦੇ ਪੇਰੈਂਟਸ ਲੈਂਦੇ ਆ, ਚਾਹੇ ਕੋਈ ਹੋਰ, ਕਈ ਵਾਰੀ ਬਹੁਤ ਛੋਟਾ ਜਿਹਾ ਫੇਲੀਅਰ ਆਉਂਦਾ ਅਤੇ ਹਟਾ ਕੇ ਘਰ ਬਿਠਾ ਲਿਆ ਜਾਂਦਾ, ਜਾਂ ਕਈ ਵਾਰੀ ਇਹ ਹੁੰਦਾ ਕਿ ਸਾਡੇ ਪਿੰਡ ਦੇ ਵਿੱਚ ਤਾਂ ਕੁੜੀਆਂ ਦੇ ਸਕੂਲ ਦਾ ਕੁਛ ਕਾਲਜ ਜਾਂ ਹੈ ਨਹੀਂ ਗਾ, ਅਸੀਂ ਬੇਗਾਨੇ ਸ਼ਹਿਰ ਭੇਜ ਨਹੀਂ ਸਕਦੇ। ਜਿਹੜੇ ਬੱਚਿਆਂ ਦੇ ਹਜੇ ਵੀ ਜਿਹੜੇ ਆ ਹੌਸਲੇ ਆ ਉਹ ਬੁਲੰਦ ਆ, ਪਰ ਉਹਨਾਂ ਨੂੰ ਜਿਹੜੇ ਖੰਭ ਲੱਗਣ ਨਹੀਂ ਦਿੱਤੇ ਜਾ ਰਹੇ, ਜਾਂ ਫਿਰ ਜਿਹੜੇ ਬੱਚੇ ਆਪ ਹੀ ਛੋਟੀ ਜਿਹੀ ਚੀਜ਼ ਤੋਂ ਹਿੰਮਤ ਹਾਰ ਕੇ ਬੈਠ ਜਾਂਦੇ ਆ, ਉਹਨਾਂ ਨੂੰ ਕੀ ਕਹਿਣਾ ਚਾਹੋਗੇ, ਖਾਸ ਤੌਰ 'ਤੇ ਧੀਆਂ ਨੂੰ? ਕਿਸੇ ਵੀ ਕੁੜੀ ਨੂੰ ਆਪਦੇ ਆਪ ਨੂੰ ਕੰਮ ਨਹੀਂ ਸਮਝਣਾ ਚਾਹੀਦਾ,
और पेरेंट्स नूं मैं खास तौर पर कहांगी आज के जमाने च मुंडे ते कुड़े च कोई फर्क नहीं है जी। कुड़ियां भी उवें ही माँ प्यो का नाँ रोशन कर रही ने, इस करके एक अपरचुनिटी जरूर देनी चाहिए है। इस क्लास में कदे कोई बच्चा इस करके वापस नहीं गया कि भाई हुण असीं इहदा विआह कर देना जी। ठीक है, बच्चे कई बार होंदा है किसी का पांच नंबर नाल रह गया, किसी का चार नंबर नाल रह गया, पर बच्चा क्लास छड़ के नहीं गया, हमेशा यह हौसला दिता कोई नहीं इतकी बार ही नहीं होया, रब ने तेरे लिए कुछ होर अच्छा सोचे, इस करके तो इस तरह का जोड़ा मनहूसियत है ना वो असी माहौल तो दूर ही रखते हैं। जे जरूरत पवे पेरेंट्स की या किसी की काउंसलिंग शब्द का, खैर साडा दूर दूर तक पंजाबियों का नाता नहीं आ, ये तुहानू किन्ना क लगता कि वधिया भूमिका निभा सकता है? हाँ, काउंसलिंग तो जरूर होनी चाहिए है, जो बच्चा कुछ करना चाहता है तो उन्होंने पिछे न तकना तो यह तो बहुत गलत हो जाता ना बच्चे दे नाल। बिल्कुल जी, बिल्कुल सर, मैं तुहाडे तो ही जानना चाहनी हाँ कि इसलिए नहीं कि मतलब जिवें तुहानू इस चीज़ तो नफरत है कि मेरी जिहड़ी वड्याई घट की जाए, पर इसलिए जानना जरूरी है कि बहुत बच्चे होणगे जिन्हां कोले जिहड़ी इन्हां बच्चों नूं प्रॉब्लम आईयां होणगियां जिहड़ियां तुसीं हुण तक सुनिया होणगियां तो उन्होंने उच्चों कढ़िया होगा, वह जिहड़ियां असीं जरूर जानना चाहुंदे तां कि कोई होर शायद जिथे किते बैठे नूं गल सुने तो उन्होंने लगे कि अच्छा मेरी तो मुसीबत इहदे सामने कुछ नहीं सी। तुहाडे कोले जिन्ने भी बच्चे आए आ चाहे वह हुण अचीवमेंट्स हासिल कर गया, किस तरह दीआं प्रॉब्लम देखण सुणन नूं मिलदियां ते किवें हैंडल? हाँ, एक तो उन्होंने बैकग्राउंड सी जी, वो जो बैकग्राउंड है हूँ मैं तो आप कई तो सुनी होनी इंटरव्यू, मैंने तो खैर पहला भी पता सी क्योंकि मेरे बहुत सांझियां कर लेंगे सी। बैकग्राउंड चो इन्नी मतलब पुअर स्ट्रेटा ऑफ सोसाइटी के लोग सीगे कि मतलब भांडे लोगों के घर मांझण जाना, उस सिर पर पग पंड बन्नी होनी, कन्ना दे विच की बोलते हैं जो ईयरबीड हैडफोन जो भी बोलते, मैं तो नाम ही नहीं लेने आते ही जी, वो ला के तो उन्होंने सुनते रहना कि ताकि तैयारी भी करी चलीए, तो मतलब छोट कॉल सेंटर च नौकरी करी जाता है, कोई कितने करी जाता है, मेरे को मैं लड़की बनी है साड़ी जी, मैं ज़्यादा ना नहीं लेना चाहता, उन्होंने मैंने फोन किया तो मैंने लगा जो फर्स्ट बैच से 10-15-20 बच्चे जो मैं शुरू किए उदों ने मैंने फोन किया कि सर रहना खाना भी फ्री है कि सिर्फ कोचिंग फ्री है, मैनू होया भी इन्हू कोई दिक्कत हैगी है, फिर मैं क्या कोई गल नहीं बेटा तू ए दस तुम कि कर सकते जी, कहिंदी किन्ना खर्चा, मैं किसी 6-7 हज़ार रुपया महीना तक लग जाता, 4 हज़ार तो पीजी वाले ले लेंगे, तो 2,000-2,500 खाना खाना है जे तुम मतलब बड़ी जिन्हों कहते ना कजूसी जी करके रहो जिंदगी ना तभी छे साढ़े फिर इन्ना तो नहीं होना। कुड़ी इन्नी इंटैलीजेंट सी जी, मतलब सोच ही नहीं सकते मतलब मैं उनके नंबर वेखे, मैं उनकी मतलब उनकी बोली मतलब भाषा तो जिम्मे अपने मनमोहन बेटी ने बोली तो लगता भी बच्चा कुछ करने वाला उनका भी सके, तो उस कम्यूनिटी से कोई बनया नहीं कभी जज इस तरह के बच्चे होंगे ने, तो मैं उन्होंने कहा तेरे तो ए कर भी 10,000 रुपये लैके आ जाए इतने, 10,000 का मतलब 1.5 महीने का खर्चा, तो तेन मैं पैसे पिछे नहीं वापस जान दें, तो वो जज बन गई जी, बिचों पेरेंट्स भी मदद करते ही पर मैं उन्होंने जान नहीं दिता जी वापस, उन्होंने 2.5-3 साल लग गए, एक अटैम्प्ट फेल हो गई मतलब फेल्योर तो मैं कह फेल मतलब फस्ट अटैम्प्ट इन लर्निंग वाज नॉट गुड फेल मीन है ना, सो एक हो गई पर हूँ जज है जी, अज के दिन इन्ना माण किया उन्हें अपने इलाके का उच्चा, तो की मैं की किया, वैसे भी सोचो तो असं ना एक मुकदमे की फीस लें 1,00,000 रुपया 1.25 लाख रुपया 1.5 लाख रुपया 3.5-3 25-25 लाख रुपये वकील फीस लेंदे है ना, तो 1,00,000 रुपये ना एक बच्चा ना एक आपकी सारी जिंदगी बना के इतों जा सकता, 1,00,000 रुपये की एक डंगर मज गां लै के किसी बंदे पिंड च दे दो ना पिंड च, तो उन्हें पुश्त सुधरने वाला काम हो जाता भी दुध करे हो गया, मतलब एक साढ़े वास्ते शायद वो मतलब बहुत ज़्यादा नहीं गा पैसा जे कोई लग भी जाते हैं, मैं वकालत देखो मैनू पता है कि जे मैं इस काम में लगना है ना, मैं जो सवेरे शाम गुरुद्वारे जाना है, मैं मत्था टेकना, मैं पाठ करना है, तो मेरे 2 घंटे तो मैंने देने ही पैने ने, फिर मैं भी कहां भी रामदा सिमरन भी कर लवाना तो मेरे को 24 घंटे भी बचने, ऐ नहीं हुंदा ना कुछ भी करना तुसी, जिहड़े भी बंदे ने कुछ करना उन्हें कुछ चीज़ दूजे बनो तो छड्डनी पैनी, मैं नहीं मेरी वकालत सी कि तुसी वेखी जांदे मेरा चंगा काम सीगा, लेकिन मैं उहदे च थोड़ा जिहा पैंदा फर्क, मैं कोई डर नहीं पै जाए फिर आ जे जज बना दिओगे तो फिर 4 मुकदमे तो की रह जाणगे, नागरिक होण दा फर्ज तुसी नहीं दुनिया निभाई जांदी, पता है रमन दुनिया ना बहुत करी जांदी, असी ना मतलब यह हों मैं एक गल कहना भी भलियाई इन्नी घट गई है समाज कि कोई इन्नी करे ना तो उन्होंने लोग समान पर चढ़ा देंगे, ये मेरे तो ज़्यादा काम करने वाले चंडीगढ़ से ना सैकड़े हज़ारा हो गए टूटे हुए बच्चा भी पढ़ना चाहता, बच्चे ने यह हौसला होंगे कि मेरे मां बाप मेरे नाल आ, हाँ फाइनेंशियली कोई गल नहीं, एक प्रॉब्लम है इन्हों
कवर कर लेंगे। पर कई बार हालात यह होंगे कि पेरेंट्स गरीब हो या अमीर घर के हालात ही योजे होंगे कि घर च शराब नशा नैगेटिविटी वो सारा कुछ है तो उत्थे बच्चे का बड़ा हौसला टुटता। इदा भी थोड़े कोल केस आए तो किवें हैंडल किए? दो तीन हैगे सी बच्चे, पर वो ऐ हुंदा नहीं इत्थे तां ਐਂਦਾ ਨਹੀਂ ਜਿਵੇਂ ਹੁੰਦਾ ਨਹੀਂ ਤੁਹਾਡਾ ਪੇਰੈਂਟਸ ਹੀ ਬਦਲ ਜਾਂਦੇ ਨੇ ਇੱਥੇ ਆਣ ਕੇ ਉਹਨਾਂ ਨੂੰ ਲੱਗਦਾ ਵੀ ਬਦਲ ਗਏ ਦੂਸਰੇ ਆ ਗਏ ਨੇ ਹੁਣ ਵੀ ਜਿੰਨੇ ਦੇਰ ਇਹ ਠੀਕ ਨੇ ਇਹਨਾਂ ਨਾਲੇ ਜਵਾਏ ਕਰਦੇ ਇਹਨਾਂ ਨਾਲ ਤਾਂ ਟਪਾਈਏ ਟਾਈਮ ਇੱਕ ਹੀ ਹੁੰਦਾ। ਦੂਜਾ ਨਾ ਥੋੜ੍ਹੀ ਜਿਹੀ ਹੁੰਦੀ ਉਹਨਾਂ ਨੂੰ ਕਈ ਵਾਰੀ ਪ੍ਰੋਬਲਮ ਹੁੰਦੀ ਉਹ ਲੋਅ ਫੀਲ ਕਰਦਾ ਪਰ ਪਤਾ ਨਹੀਂ ਕੀ ਹੈਗਾ ਇੱਥੇ ਇੱਥੇ ਤਾਂ ਕੋਈ ਜਾਦੂ ਹੈ ਜੀ ਇਸ ਥਾਂ ਦਾ ਨਾ ਉਹ ਆਉਂਦਾ ਗੱਲਬਾਤ ਕਰਦਾ ਮੂੰਹ ਐਂ ਹੁੰਦਾ ਫਿਰ ਉਹਨੂੰ ਅਸੀਂ ਪੁੱਛਦੇ ਹਾਂ ਤੈਨੂੰ ਹੋਇਆ ਕੀ ਯਾਰ ਮਾੜੀ ਜਿਹੀ 5 ਮਿੰਟ ਗੱਲ ਕਰ ਲਈਏ ਅਤੇ ਉਹਨੂੰ ਐਂ ਜਦੋਂ ਤੁਸੀਂ ਦੇਖੋ ਕਿ ਇੱਕ ਬੰਦਾ ਨਾ ਪਿਛੋਕੜ ਹੁੰਦੀ ਆ ਉਹਦਾ ਵਰਤਮਾਨ ਹੁੰਦਾ ਜਿਹਦੇ 'ਚ ਉਹ ਮਾੜਾ ਲੇਕਿਨ ਫਿਊਚਰ ਦਾ ਤਾਂ ਸੁਪਨਾ ਲੈਂਦਾ ਨਾ ਜਦੋਂ ਉਹਨੂੰ ਸੁਪਨਾ ਥੋੜ੍ਹਾ ਜਿਹਾ ਵਿਖਣ ਲੱਗ ਜਾਂਦਾ ਜਿਵੇਂ ਇਹਨਾਂ ਨੇ ਹੁਣ ਹੋਰ ਹੀ ਵੱਡੇ ਕਰਤੇ ਥੋੜ੍ਹਾ ਜਿਹਾ ਸੁਪਨਾ ਅੱਗੇ ਨੂੰ ਵਧਿਆ ਨਹੀਂ ਅਤੇ ਉਹ ਫਿਰ ਉਹਦੀ ਉਹਦਾ ਪਿਛੋਕੜ ਉਹਦੇ ਦੁੱਖ ਸੰਤਾਪ ਅਤੇ ਉਹਦੀ ਜਿਹੜੀ ਮਾਨਸਿਕਤਾ ਨਾ ਉਹਦੇ 'ਚ ਪੋਜ਼ਿਟਿਵਿਟੀ ਭਰੀ ਜਾਂਦੀ ਉਹ ਪੋਜ਼ਿਟਿਵਿਟੀ ਭਰੀ ਜਾਂਦੀ ਫਿਰ ਹੋਰ ਦੇਖੋ ਦੁੱਖ ਸੁੱਖ ਤਾਂ ਫਿਜੀਕਲ ਪ੍ਰੋਬਲਮ ਹੈ ਮੰਨ ਲਓ ਕਿਸੇ ਨੂੰ ਕੋਈ ਬੰਦਾ ਬਿਮਾਰ ਹੈ ਕਿਸੇ ਨੂੰ ਕੈਂਸਰ ਹੈ ਕਿਸੇ ਨੂੰ ਉਹਦਾ ਤਾਂ ਤੁਸੀਂ ਕੋਈ ਇਲਾਜ ਕਰ ਨਹੀਂ ਸਕਦੇ ਨਾ ਪਰ ਉਹਨੂੰ ਤਾਂ ਉਹਦੇ ਕੋਲ ਉਹਦਾ ਦਿਮਾਗ ਤਾਂ ਇਹੋ ਜਿਹਾ ਬਣਾ ਸਕਦੇ ਵੀ ਜਿਹੜੇ 20 ਦਿਨ ਦੀ ਨਾ ਚੰਗੀ ਤਰ੍ਹਾਂ ਜੀ ਕੇ ਲੱਜੀ ਕੇ ਚੱਲ ਜਾ ਯਾਰ ਸੋ ਇੰਨਾ ਕੁ ਹੌਸਲਾ ਅਫਜਾਈ ਇੱਥੇ ਦੇ ਦਿੰਦੇ ਹਾਂ ਜੀ ਉਹਦੇ ਨਾਲ ਚੱਲ ਜਾਂਦੇ ਨੇ। ਮੇਰਾ ਆਖਰੀ ਸਵਾਲ ਹੈ ਤੁਹਾਨੂੰ, ਤੁਸੀਂ ਕਹਿ ਰਹੇ ਹੋ ਕਿ ਮੈਂ ਟੀਚਰ ਤਾਂ ਹੈ ਨਹੀਂ ਸੀ, ਮੈਨੂੰ ਤਾਂ ਖੁਦ ਇੱਦਾਂ ਲੱਗਦਾ ਹੁੰਦਾ ਸੀ ਕਿ ਪੜ੍ਹਾ ਦਿੱਤਾ ਇੱਕ ਘੰਟੇ ਬਾਅਦ ਉਹ ਮੁੱਕ ਜਾਂਦਾ ਹੁੰਦਾ ਸੀ ਕਿ ਹੁਣ ਹੋਰ ਪੜ੍ਹਨਾ ਪੈਣਾ, ਪਰ ਇਸ ਵੇਲੇ ਜਿਹੜੇ ਟੀਚਰ ਆ ਸਾਨੂੰ ਸਕੂਲਾਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਅਸੀਂ ਰੋਜ਼ ਖਬਰਾਂ ਕਰਦੇ ਹਾਂ ਉਹਦਾ ਕਿਸੇ ਬੱਚੇ ਦੇ ਚਿਹਰੇ ਨੂੰ ਲੈ ਕੇ ਉਹਦੇ ਨਾਲ ਵਿਤਕਰਾ ਜਾਂ ਬਹੁਤ ਐਸੀਆਂ ਚੀਜ਼ਾਂ ਜਿਹੜੀਆਂ ਕਿ ਖਬਰਾਂ ਨਹੀਂ ਆਉਣੀਆਂ ਚਾਹੀਦੀਆਂ ਸਪੈਸ਼ਲੀ ਟੀਚਰਸ ਦੇ ਬਿਹੇਵ ਨੂੰ ਲੈ ਕੇ, ਇੱਕ ਟੀਚਰ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਸਾਂਭਿਆ ਜਾਵੇ ਫਿਰ ਉਹਨਾਂ ਦੇ ਘਰਾਂ ਦੇ ਹਾਲਾਤ ਮਾੜੇ ਹੋਣ ਆਰਥਿਕ ਤੌਰ 'ਤੇ ਚਾਹੇ ਘਰਾਂ 'ਚ ਨਸ਼ਾ ਹੋਵੇ ਉਹਨਾਂ ਨੂੰ ਅਸੀਂ ਉੱਪਰ ਲਿਆ ਸਕਦੇ ਜਿਵੇਂ ਤੁਸੀਂ ਆਪਣੇ? ਕਿਉਂਕਿ ਜੇ ਤੁਹਾਡੇ ਬੱਚਿਆਂ ਨੂੰ ਪੁੱਛੇ ਤਾਂ ਉਹਨਾਂ ਨੇ ਕਹਿਣਾ ਇਸ ਟੀਚਰ ਨਾਲੋਂ ਤਾਂ ਚੰਗਾ ਟੀਚਰ ਹੀ ਕੋਈ ਨਹੀਂ, ਉਹਨਾਂ ਟੀਚਰਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? 3-4 ਘੰਟੇ ਦੀ ਇੰਟਰਵਿਊ ਹੈ ਜਿਹੜੀ ਤੁਸੀਂ ਮੈਨੂੰ ਇੱਕ ਸਵਾਲ ਪੁੱਛਿਆ ਤੇ ਹੁਣ ਮੈਂ 2 ਮਿੰਟ 'ਚ ਜਵਾਬ ਕੀ ਦੇਵਾਂ, ਪਰ ਐ ਨਹੀਂ ਉਹ ਟੀਚਰ ਨੂੰ ਗਾਗਰ 'ਚ ਸਾਗਰ ਭਰਨੀ ਆਉਂਦੀ ਹੁੰਦੀ ਆ। ਮੈਂ ਕਹਿੰਦਾ ਵੀ ਇੱਕ ਤਾਂ ਪੰਜਾਬ ਦੀ ਨਾ ਇਹ ਪੰਜਾਬ ਨੂੰ ਨਾ ਇਹ ਮਾਣ ਪ੍ਰਾਪਤ ਅਤੇ ਪੰਜਾਬ ਦੇ ਲੋਕ ਨਾ ਇਸ ਗੱਲ ਦੇ ਤਾਂ ਮਤਲਬ ਸੀਨਾ ਚੌੜਾ ਕਰ ਸਕਦੇ ਨਹੀਂ ਵੀ ਇੱਥੇ ਨਾ ਜਿਹੜੀਆਂ ਕੰਮ ਆ UP ਜਾਂ PH ਕਿ ਮੇਰੇ 'ਚੋਂ ਇਹਨੇ ਸ਼ਡਿਊਲ ਕਾਸਟ ਵਾਲੇ ਨੇ ਪਾਣੀ ਕਿਉਂ ਪੀ ਲਿਆ ਇਹੋ ਜਿਹੀਆਂ ਚੀਜ਼ਾਂ ਇੱਥੇ ਬਹੁਤ ਮਤਲਬ ਮੈਨੂੰ ਤਾਂ ਹੈ ਹੀ ਨਹੀਂ ਗੀਆਂ ਇਹ ਬਾਬੇ ਨਾਨਕ ਦੀ ਧਰਤੀ ਇੱਥੇ ਇਹੋ ਜਿਹੇ ਤਾਂ ਹੈ ਹੀ ਨਹੀਂ ਕੁਛ ਮਤਲਬ ਆਪਸ 'ਚ ਭਾਈਚਾਰਾ ਇੰਨਾ ਇੱਕ ਤਾਂ ਇਹ ਇੱਥੋਂ ਇਹਨੂੰ ਵਰਦਾਨ ਹੈਗਾ ਇਸ ਧਰਤੀ ਨੂੰ ਇਸ ਗੱਲੋਂ ਤਾਂ ਅਸੀਂ ਬੱਚੇ ਹਾਂ। ਹੁਣ ਜਿਹੜਾ ਹੁੰਦਾ ਨਾ ਪੜ੍ਹਾਈ 'ਚ ਟੀਚਰ ਨੇ ਮੈਂ ਇੱਥੇ ਜਿਹੜਾ ਵੇਖਿਆ ਦੇਖੋ ਇੱਕ ਸਵਾਲ ਜਿਹੜਾ ਨਾ ਰਹਿ ਜਾਂਦਾ ਹਮੇਸ਼ਾ ਇੰਟਰਵਿਊ ਨਾ ਹੋਰ ਤਰ੍ਹਾਂ ਹੁੰਦੀ ਹੈ ਇੰਟਰਵਿਊ ਹੁੰਦੀ ਵੀ ਤੂੰ ਇੱਕ ਕੋਚਿੰਗ ਇੰਸਟੀਚਿਊਟ 'ਚ 100 ਬੱਚਾ ਪੜ੍ਹਦਾ ਜੇ ਉਹ 5 ਲਾ ਦੇਵੇ ਤਾਂ ਐਂ ਲੱਗਦਾ ਪਤਾ ਨਹੀਂ ਕੀ ਸਮਾਨ ਜਿੱਤ ਲਿਆ ਹੈ ਨਾ, ਇਹ ਤਾਂ 10-ਚੋਂ 5 ਲੱਗ ਜਾਂਦੇ ਨੇ 20-ਚੋਂ 10 ਲੱਗ ਜਾਂਦੇ ਨੇ ਲੱਗਦੇ ਕਿਵੇਂ ਨੇ ਇਹ ਆਪਦੇ ਆਪ 'ਚ ਇੱਕ ਰਿਸਰਚ ਦਾ ਵਿਸ਼ਾ ਹੋ ਸਕਦਾ ਪਰ ਹੈਗਾ ਹੈ ਉਹਦੇ ਕਾਰਨ ਨੇ ਮੈਂ ਹੁਣ ਡਿਟੇਲ ਜ਼ਿਆਦਾ ਉਹਦੇ ਨਹੀਂ ਜਾਂਦਾ ਫਿਰ ਕਦੀ ਮੌਕਾ ਮਿਲਿਆ ਆਪਾਂ ਅੱਗੇ ਡਿਸਕਸ ਕਰਾਂਗੇ ਪਰ ਟੀਚਰ ਨੂੰ ਮੇਰਾ ਟੀਚਰ ਅਤੇ ਸਟੂਡੈਂਟ 'ਚ ਜੇਕਰ ਅਟੈਚਮੈਂਟ ਨਹੀਂ ਜੇਕਰ ਟੀਚਰ ਸੈਲਰੀ ਲੈਣ ਆਇਆ ਨਾ ਜੇ ਉਹਨੂੰ ਤਨਖਾਹ 'ਤੇ ਹੈ ਨਾ ਟੀਚਰ ਮੈਂ ਤਾਂ ਤਨਖਾਹ 'ਤੇ ਹੈ ਨਹੀਂ ਨਾ ਮੈਨੂੰ ਤਾਂ ਮੇਰੇ ਵਾਸਤੇ ਤਾਂ ਉਹ ਅਖੀਰਲਾ ਬੱਚਾ ਬੈਠਾ ਅਖੀਰਲਾ ਇਹਨੂੰ ਸਮਝ ਨਹੀਂ ਆਉਂਦੀ ਪਈ ਸਮਝ ਨਹੀਂ ਆਉਂਦੀ ਪਈ ਅਤੇ ਮੈਂ ਤਾਂ ਉਹਨੂੰ ਪੜ੍ਹਾਵਾਂਗਾ ਨਾ ਵਿਚਕਾਰਲੇ ਤਾਂ ਆਪੇ ਸਮਝ ਲੈਣਗੇ ਉਹ ਹੁਣ ਕਿ ਅਗਲੀ ਲਾਈਨ ਨੂੰ ਪੜ੍ਹਾਉਣਾ ਤਾਂ ਬੜਾ ਹੀ ਸੌਖਾ ਨਾ ਉਹ ਤਾਂ ਘਰੋਂ ਵੀ ਪੜ੍ਹ ਕੇ ਆਏ ਨੇ ਟਿਊਸ਼ਨ ਵੀ ਪੜ੍ਹੀ ਜਾਂਦੇ ਨੇ ਫਲਾਣੇ ਤੁਸੀਂ ਅਟੈਚਮੈਂਟ ਜਿੰਨੀ ਦੇਰ ਨਹੀਂ ਜੇ ਤੁਹਾਨੂੰ ਆਪਦੇ ਬੱਚਿਆਂ 'ਚ ਰੱਬ ਨਹੀਂ ਨਾ ਵਿਖਦਾ ਜੇ ਮੈਂ ਤਾਂ ਨਾਸਤਿਕ ਬੰਦਾ ਜੀ ਮੈਂ ਮਤਲਬ ਸ਼ਰੇਆਮ ਕਬੂਲ ਕਰਨਾ ਮੈਂ ਤਾਂ ਕੋਈ ਮਤਲਬ ਬਹੁਤ ਮਤਲਬ ਮੈਂ ਪਾਪੀ ਜਿਹਾ ਆਦਮੀ ਹਾਂ ਇਸ ਮਾਮਲੇ 'ਚ ਆਮ ਲੋਕਾਂ ਦੀਆਂ ਨਜ਼ਰਾਂ ਦੇ ਹਿਸਾਬ ਨਾਲ ਪਰ ਜਿਹੜੇ ਲੋਕ ਰੱਬ 'ਚ ਵਿਸ਼ਵਾਸ ਕਰਦੇ ਜੇ ਸਵੇਰੇ ਸ਼ਾਮ ਗੁਰਦੁਆਰੇ ਜਾਂਦੇ ਜੇ ਫਿਰ ਤੁਸੀਂ ਮਾਸਟਰੀ ਕਰ ਉਹ ਕਿਹੜੇ ਤੁਹਾਨੂੰ ਇਹਨਾਂ ਬੱਚਿਆਂ 'ਚ ਰੱਬ ਕਿਉਂ ਨਹੀਂ ਵਿਖਦਾ ਜੇ ਇਹਨਾਂ 'ਚ ਰੱਬ ਵਿਖਣ ਲੱਗ ਜਾਏ ਤਾਂ ਤੁਸੀਂ ਉਹਨਾਂ ਦੀ ਕਰੋਗੇ ਨਾ ਸੇਵਾ ਸੋ ਉੱਥੇ ਜੀ ਆਪਾਂ ਜਾ ਕੇ ਕਰਦੇ ਹਾਂ ਜਾ ਕੇ ਟੱਲੀਆਂ ਵਜਾਉਣੇ ਆ ਸਾਰਾ ਕੰਮ ਕਰਦੇ ਹਾਂ ਅਤੇ ਇਹਨਾਂ ਬੱਚਿਆਂ 'ਚ ਰੱਬ ਵੱਸਦਾ ਅਤੇ ਇਹਨਾਂ ਨੂੰ ਜੇ ਅਖੀਰਲੇ ਬੱਚੇ 'ਚ ਤੁਹਾਨੂੰ ਆਪ ਵਿਖੋ ਵੀ ਮੈਂ ਮੇਰਾ ਆਪ ਤਾਂ ਚਲੋ ਰੱਬ ਵੀ ਛੱਡੋ ਆਪ ਦਾ ਬੱਚਾ ਹੀ ਲੱਗੇ ਆ ਜੀ ਆਪਦੇ ਬੱਚੇ ਦੇ ਮਗਰ ਲੱਗੇ ਰਹੇ ਨੇ ਉੱਠ ਕਰ ਪੜ੍ਹ ਲੈ ਫਲਾਣਾ ਕਰ ਲੈ ਅਤੇ ਤੁਹਾਨੂੰ ਪੜ੍ਹਾਉਣ ਦਾ ਮੌਕਾ ਮਿਲਿਆ ਨਾ ਸਰ ਕਿ ਹੁੰਦੇ ਕਿੰਨੇ ਨੇ ਕਲਾਸ 'ਚ 20-30 ਤੂੰ ਮੈਨੂੰ 400 ਬੱਚਾ ਦੇ ਦਿਓ ਮੈਂ 400 ਅਤੇ 400 ਨੂੰ ਮਤਲਬ ਫਸਟ ਕਲਾਸ 'ਚ ਪੜ੍ਹਾ ਦਾ ਦੇਵੋਗਾ 10ਵੀਂ ਦੇ ਬੱਚੇ ਮੈਂ ਸਾਰੇ ਪੜ੍ਹਾ ਦਿਆਂਗਾ ਐਂ ਨਹੀਂ ਕਿ ਮੇਰੇ 'ਚ ਕੋਈ ਗੁਣ ਹੈ ਮਤਲਬ ਉਹ ਤੁਹਾਡੀ ਜਿਹੜੀ ਅਟੈਚਮੈਂਟ ਦੀ ਨਾ ਬੱਚੇ ਦੀ ਜਦੋਂ ਤੁਸੀਂ ਬੱਚੇ ਨੂੰ ਆਪਦਾ ਬੱਚਾ ਸਮਝੋ ਅਤੇ ਜੇ ਦੂਜੇ ਦਾ ਤਾਂ ਉਹਨੂੰ ਸਮਝੋ ਮੇਰਾ ਤਾਂ ਹੈਗਾ ਨਾਲ ਰੱਬ ਵੀ ਹੈਗਾ ਰੱਬ ਨੇ ਮੈਨੂੰ ਇਹ ਬਰ ਫਿਰ ਦੇਖੋ ਉਹ ਤਾਂ ਕਰ ਲੈਂਦੇ ਨੇ ਉਹ ਤਾਂ ਫਿਰ ਤੁਹਾਨੂੰ ਦੇਣਾ ਪੈਂਦਾ ਤੁਹਾਨੂੰ ਕੌਨਫੀਡੈਂਸ ਜਿੱਤਣਾ ਪੈਂਦਾ ਤੁਹਾਨੂੰ ਉਹਨੂੰ ਇਹ ਭਰੋਸਾ ਹੋਵੇ ਵੀ ਇਹ ਗੱਲ ਮੇਰੀ ਮਾਂ ਨੂੰ ਨਹੀਂ ਦੱਸੂਗਾ ਮਤਲਬ ਕੁਛ ਬੱਚੇ ਮੇਰੇ ਨਾਲ ਇਹੋ ਜਿਹੀ ਗੱਲ ਕਰਦੇ ਵੀ ਮੈਂ ਮੈਨੂੰ ਵੀ ਨਾ ਪਤਾ ਲੱਗ ਜਾਏ
ठीक है ना, वो फिर उन्होंने वो भरोसा हो फिर वो खुलते, क्योंकि देखो दुख सुख जो हर बंद होंगे ने, टेंशन हर बच्चे हो सकती है, चंगे माड़े काम किसी बच्चे तो भी हो सकते हैं, जिन्होंने आप चंगा माड़ा तो मैं तो खैर उन्होंने चंगे माड़े भी नहीं कहता, पर जिन्होंने समाजिक नज़रों से चंगा माड़ा समझा जाता वो करन तो बाद उन्हें कई बार वो आप इोजियां गल्ला करते हैं भी उन्हें गिल्ट आ जाता है, वो गिल्ट मरे जाता, वो मेरे ना आ के गल करे दो मिनट मैं कहना इन्हें तो वधिया काम हो ही नहीं सकता जो तू किया तू मैं दस करना की, बस इन्नी इन्नी चाहिए उन्हें चीज़ तो बच्चे उन्हें की करना, किताब उनके कोल है दिमाग उनके कोल है जज उन्हें बन जाना बाकी तो कुछ चाहिए नहीं। बिल्कुल जी, तो मैं असी वो लोग जो खुद चाहे सेवा ना करिए पर सानू तुहाडा वो टारगेट याद है कि अगली बारी जेहड़े इस तो ज्यादा जज जेहड़े इत्थों बच्चे बन के निकलणगे, सो तुहानू दोनों जणिआं नू बहुत बहुत गल कहना चाहुंदी अखीर च, मतलब तुसीं बस मैनू ना एक गल तो डर लगता, एक तो ना मैं लालची ना हो जा, मेरे को बहुत चांस है, ये ना बिजनेस बहुत वड्डा जी कोचिंग ये ना अरबा खरबा रुपया करोड़ों का बहुत छोटा, तो दूजा ना जिहड़ा मेरा कोर थी, देखो हुण मैं 100 बच्चों नू फ्री पढ़ा देवां या 100 बच्चों नू मैं कोलो खर्चा दे के इतने रख ला, मेरी हैसियत नहीं कि मैं पता मैं सारा कुछ वेच भी देवगा तो साल कट लूँगा दो साल कट लूँगा, तो इस करके हुण इहदा ना मॉडल दा तो कुछ बदल गया भी कुछ बच्चे आ जाते हैं जिहड़े कहिंदे ने मैं कर दूंगा जी थोड़ी हैल्प जिहड़ा अफोर्ड कर सकदा, पर इत्थे ना मेरी इक्को गल है कि मेरे च लालच ना आ जाए तो मेरे च हंकार ना आ जाए, बस इहदे तो मैं बचिया रहा, बाकी जिन्ना मेरे तो होया गा जी जिन्ने साह हैगे ने कुदरत ने बख्शे होए ते आपां वेख लैणे, मेरे ख्याल दे विच जिहड़ा बंदा खुद अवेयर होवे ते कैमरे सामने बोलण दी हिम्मत रखे ते ओह पॉसिबल ही नहीं हो सकदा कि कदे जी। बहुत बहुत शुभकामनावां, ते मैं चाहूँगी कि एक बारी वीरे दिखा दो कि पिछे इन्हां दे सारे बच्चे इस वेले बैठे यह इंटरव्यू सुन रहे सी ते ओह तिन्ने जज धीआं जिहड़ियां अज थैंक यू करन आईआं, और टोटल 10 बच्चे ने इन्हां दे जिहड़े अज जज दे मुकाम दे उत्ते पहुँच चुके एक साल दी ट्रेनिंग दे बाद न्या जड़ा करनगे, जड़े भी लोगों के नाल कोई धक्केशाही या कुछ गलत होया तो न्यायपालिका दे वल ओह न्या मिलन दी आस दे विच नज़र चक के देखते हैं, और बड़ा ही खूबसूरत मंजर है, उम्मीद जी असं यही करते हैं कि असी भी समाज को इन्ना सोहना सिरजिए इन्नी वधिया जी ये दुनिया नू बनाईए कि सारे जाने एक दूजे नाल दिल फोलन, तो बिल्कुल इस क्लास वर्गा कि पूरा संसार बन जाए तो किन्नियां मुश्किलां घट जाण, तो बंदा जिहड़ा अपनियां शुरुआती चुनौतियों नू बिल्कुल पलां दे पार करके अपनी मंजिल के उत्ते पहुँच जाए। बहुत सारिया शुभकामनावां दे नाल सर, असी पूरे पंजाब वालों तुहाडा धन्नवाद करते हैं, तो फिर तो तुहानू बहुत बहुत मुबारक दिंदे हां। रोज़ाना स्पोक्समैन की इस पेशकश के विच इना ही दिओ इजाजत, शुक्रिया।